ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਇਸ ਤੋਂ ਪਹਿਲਾਂ ਕਿ ਅੱਗੇ ਚੱਲੀਏ ਸਭ ਤੋਂ ਪਹਿਲਾਂ ਭਾਰਤ ਤੋਂ ਅਸੀਂ ਪੰਜਾਬ ਤੋਂ ਗੜੀਬਖਸ਼ਾ ਪਿੰਡ ਹੈ ਜਲੰਧਰ ਜ਼ਿਲ੍ਹਾ ਦੇ ਵਿੱਚ ਭੋਗਪੁਰ ਲੱਗੇ ਜਿੱਥੋਂ ਕਿ ਪਰਮਵੀਰ ਸਿੰਘ ਬਾਠ ਜੋ ਕਿ ਪ੍ਰਧਾਨ ਨੇ ਯੂਥ ਫਾਰ ਯੂ ਵੈਲਫੇਅਰ ਐਂਡ ਰਿਸਰਚ ਸੁਸਾਇਟੀ ਦੇ ਉਹ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਹਾਜ਼ਰ ਹਨ। ਸਵਾਗਤ ਹੈ ਪਰਮਵੀਰ ਬਾਠ ਜੀ। ਸਤਿ ਸ਼੍ਰੀ ਅਕਾਲ ਕੈਨੇਡਾ ਦੇ ਵਿੱਚ ਵਸਦੇ ਸਮੂਹ ਪ੍ਰਵਾਸੀ ਪੰਜਾਬੀਆਂ ਨੂੰ ਜੋ ਕਿ ਪੰਜਾਬੀ ਵਿਰਸੇ ਤੇ ਸੱਭਿਆਚਾਰ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਜੁਟੇ ਹੋਏ ਨੇ। ਸਤਿ ਸ਼੍ਰੀ ਅਕਾਲ ਜਲ ਸਾਹਿਬ। ਸਤਿ ਸ਼੍ਰੀ ਅਕਾਲ ਜੀ, ਬਹੁਤ ਮਿਹਰਬਾਨੀ। ਅੰਮ੍ਰਿਤ ਵੇਲਾ ਹੈ ਜੀ ਤੁਹਾਡੇ ਕੋਲ ਤੇ ਉਸ ਸਮੇਂ ਦੇ ਦੌਰਾਨ ਤੁਸੀਂ ਸਮਾਂ ਕੱਢ ਕੇ ਪੇਸ਼ ਹੋ ਰਹੇ ਹੋ ਦਰਸ਼ਕਾਂ ਦੇ ਰੂਬਰੂ, ਤੁਹਾਡਾ ਬਹੁਤ ਬਹੁਤ ਧੰਨਵਾਦ ਹੈ। ਸਾਡੇ ਕੋਲ ਇਸ ਦੇ ਨਾਲ ਹੀ ਗੁਰੂ ਨਾਨਕ ਮਿਸ਼ਨ ਕੈਨੇਡਾ ਸੰਸਥਾ ਦੇ ਪ੍ਰਧਾਨ ਜਸਵੀਰ ਸਿੰਘ ਜੀ ਧਾਲੀਵਾਲ ਪ੍ਰੋਗਰਾਮ 'ਚ ਹਨ, ਇਹਨਾਂ ਦਾ ਵੀ ਨਿੱਘਾ ਸਵਾਗਤ ਕਰਦੇ ਹਾਂ। ਸਵਾਗਤ ਹੈ ਤੁਹਾਡਾ। ਮਿਹਰਬਾਨੀ ਸਤਪਾਲ ਜੋਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਅਤੇ ਇਸੇ ਹੀ ਸੰਸਥਾ ਦੇ ਸਰਦਾਰ ਗੁਰਮੁਖ ਸਿੰਘ ਜੀ ਬਾਠ, ਉਹ ਵੀ ਪ੍ਰੋਗਰਾਮ ਦੇ ਵਿੱਚ ਹਨ। ਬਾਠ ਸਾਹਿਬ, ਤੁਹਾਡਾ ਵੀ ਸਵਾਗਤ ਹੈ ਜੀ। ਥੈਂਕ ਯੂ। ਮਿਹਰਬਾਨੀ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਜਿਸ ਤਰ੍ਹਾਂ ਪ੍ਰੋਗਰਾਮ ਦੇ ਵਿੱਚ ਪਰਮਵੀਰ ਬਾਠ ਜੀ, ਆਪਾਂ ਸਾਰਿਆਂ ਨੂੰ ਪਤਾ ਕਿ ਬੜੇ ਸੋਗਮਈ ਦਿਹਾੜੇ ਹੁੰਦੇ ਨੇ ਜਦੋਂ ਹਰ ਸਾਲ ਹੀ ਇਹ ਜੂਨ ਦਾ ਸਮਾਂ ਆਉਂਦਾ, ਅਤੇ ਫਿਰ ਆਪਾਂ ਯਾਦ ਕਰਦੇ ਹਾਂ ਕਿ ਜੋ ਕੁਛ ਉਸ ਖੂਨੀ ਸਾਕੇ ਦੇ ਦੌਰਾਨ ਸ੍ਰੀ ਦਰਬਾਰ ਸਾਹਿਬ ਸਮੂਹ ਦੇ ਆਲ ਦੁਆਲ ਦੇ ਵਿੱਚ ਅੰਦਰ ਉੱਥੇ ਵਾਪਰਿਆ, ਉਸ ਨੂੰ ਆਪਾਂ ਬੜੇ ਸੋਗਮਈ ਮਾਹੌਲ ਦੇ ਵਿੱਚ ਯਾਦ ਕਰਦੇ ਹਾਂ। ਵੈਸੇ ਦੱਸੋਗੇ ਕਿ ਪੰਜਾਬ ਦੇ ਵਿੱਚ ਤੁਸੀਂ ਨੌਜਵਾਨ ਹੋ, ਕਿੰਨਾ ਕੁ ਤੁਹਾਨੂੰ ਇਸ ਵੇਲੇ ਸੁਣਨ ਨੂੰ ਮਿਲ ਰਿਹਾ ਉਸ ਇਤਿਹਾਸ ਦੇ ਬਾਰੇ, ਉਸ ਘਟਨਾ ਦੇ ਬਾਰੇ ਜੋ 29 ਸਾਲ ਪਹਿਲਾਂ ਵਾਪਰੀ ਸੀ ਤੁਹਾਨੂੰ ਇੱਥੇ ਪੰਜਾਬ ਦੇ ਵਿੱਚ ਜਿੱਥੇ ਉਹ ਵਾਪਰੀ ਸੀ, ਇਹ ਘਟਨਾ ਕਿੰਨਾ ਕੁ ਉਸ ਦਾ ਜ਼ਿਕਰ ਹੁੰਦਾ ਜੀ? ਜੋਲ ਸਾਹਿਬ, ਸਭ ਤੋਂ ਪਹਿਲਾਂ ਤਾਂ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਚਾਹੇ ਕੋਈ ਵੀ ਧਰਮ ਹੋਵੇ, ਕਿਸੇ ਵੀ ਧਰਮ ਦੇ ਲੋਕਾਂ ਨਾਲ ਇਸ ਕਿਸਮ ਦਾ ਧੱਕਾ ਹੋਇਆ ਹੋਵੇ, ਉਸ ਦੇ ਬਾਰੇ ਸਮੂਹ ਧਰਮਾਂ ਦੇ ਲੋਕਾਂ ਨੂੰ ਹੀ ਜਿੱਥੇ ਚਿੰਤਾ ਹੋਣੀ ਚਾਹੀਦੀ ਹੈ, ਉੱਥੇ ਇਸ ਤਰ੍ਹਾਂ ਦੀਆਂ ਘਟਨਾਵਾਂ ਦੁਬਾਰਾ ਨਾ ਵਾਪਰਨ, ਉਸ ਗੱਲ ਦੇ ਵੱਲ ਵੀ ਵਧਣਾ ਚਾਹੀਦਾ। ਪਰੰਤੂ ਇਹ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਜਿੱਥੇ ਬਜ਼ੁਰਗ ਜੋ ਨੇ ਪੰਜਾਬ ਦੇ ਇਸ ਵੇਲੇ, ਉਹਨਾਂ ਨੂੰ ਤਾਂ ਇਸ ਵੇਲੇ ਇਹਨਾਂ ਘੜੀਆਂ ਦੀ ਕੁਛ ਯਾਦ ਹੈ, ਉਹਨਾਂ ਦੇ ਮਨ ਦੇ ਵਿੱਚ ਕੁਛ ਸੇਕ ਅਜੇ ਵੀ ਹੈ, ਪਰੰਤੂ ਪੰਜਾਬ ਦੀ ਨੌਜਵਾਨ ਪੀੜ੍ਹੀ ਇਸ ਕਿਸਮ ਦੀਆਂ ਚੀਜ਼ਾਂ ਤੋਂ ਬਹੁਤ ਦੂਰ ਜਾ ਚੁੱਕੀ ਹੈ। ਹੋ ਸਕਦਾ ਹੈ ਕਿ ਫੇਸਬੁੱਕ ਦੇ ਰਾਹੀਂ ਉਹਨਾਂ ਨੂੰ ਕੋਈ ਫੋਟੋ ਤਾਂ ਸਾਕਾ ਨੀਲਾ ਤਾਰਾ ਦੇ ਸੰਬੰਧ ਦੇ ਵਿੱਚ ਵੇਖਣ ਸੁਣਨ ਨੂੰ ਮਿਲੇ, ਪਰੰਤੂ ਉਹਨਾਂ ਦੇ ਮਨਾਂ ਦੇ ਵਿੱਚ ਕੋਈ ਬਹੁਤੀ ਜ਼ਿਆਦਾ ਇਸ ਤਰ੍ਹਾਂ ਦੀ ਗੱਲ ਨਹੀਂ ਹੈ। ਕੀ ਕਾਰਨ ਹੈ ਇਹਦਾ ਜੀ? ਸਾਹਿਬ, ਮੈਨੂੰ ਇਸ ਤਰ੍ਹਾਂ ਲੱਗਦਾ ਕਿ ਨੌਜਵਾਨਾਂ ਦੇ ਵਿੱਚ ਜੋ ਮਾਨਸਿਕ ਖੋਖਲਾਪਣ ਤੇ ਕਿਤਾਬਾਂ ਪੁਸਤਕਾਂ ਤੋਂ ਉਹਨਾਂ ਦੀ ਦੂਰੀ, ਜਿਸ ਤੋਂ ਕਿ ਉਹਨਾਂ ਨੂੰ ਇਤਿਹਾਸ ਬਾਰੇ ਪਤਾ ਲੱਗਦਾ, ਉਹ ਇੱਕ ਗੰਭੀਰ ਮਸਲਾ ਹੈ ਜਿਹੜਾ ਕਿ ਉਹਨਾਂ ਨੂੰ ਕਿਸੇ ਵੀ ਕਿਸਮ ਦੇ ਸਾਡੇ ਜੋ ਸਾਡੀ ਇਤਿਹਾਸਕ ਮਹੱਤਤਾ ਹੈ, ਸਾਡੇ ਜੋ ਸੂਰਵੀਰਾਂ ਨੇ, ਯੋਧਿਆਂ ਨੇ, ਗੁਰੂਆਂ ਪੀਰਾਂ ਨੇ ਜੋ ਇੱਥੇ ਜੋ ਕਾਰਨਾਮੇ ਕੀਤੇ ਨੇ, ਉਹਨਾਂ ਤੋਂ ਜੋ ਦੂਰੀ ਹੈ, ਸਿਰਫ ਉਹ ਕਿ ਉਹ ਇਤਿਹਾਸ ਦੇ ਨਾਲ ਆਪਣੇ ਆਪ ਨੂੰ ਅਪਡੇਟ ਨਹੀਂ ਕਰ ਸਕੇ, ਉਹਨਾਂ ਦੇ ਵਿੱਚ ਜੋ ਖੋਖਲਾਪਣ ਭਰ ਰਿਹਾ, ਸਾਡੀ ਜੋ ਦੂਰਦਰਸ਼ੀ ਵਿਦਿਅਕ ਨੀਤੀ ਹੈ, ਮੈਨੂੰ ਲੱਗਦਾ ਕਿ ਜ਼ਿਆਦਾ ਕਸੂਰ ਉਸ ਚੀਜ਼ ਦਾ। ਇਹ ਤੁਹਾਨੂੰ ਕੀ ਲੱਗਦਾ ਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਐਲਾਨ ਹੈ, ਇਸ ਦੇ ਨਾਲ ਹੀ ਹੋਰ ਵੱਖ ਵੱਖ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਸੋਗਮਈ ਸਮਾਗਮ ਵਿਸ਼ੇਸ਼ ਉਲੀਕੇ ਗਏ ਹਨ, ਅਰਦਾਸ ਦਿਵਸ ਹੈ ਸ਼ਹੀਦਾਂ ਦੀ ਯਾਦ ਦੇ ਵਿੱਚ, ਅਤੇ ਇਹ ਫਿਰ ਜ਼ਿਆਦਾ ਪ੍ਰਚਾਰ ਪੱਖੋਂ ਹੀ ਗੱਲਾਂ ਨੇ ਜੇ ਨੌਜਵਾਨ ਪੀੜ੍ਹੀ ਨੂੰ ਪਤਾ ਹੀ ਨਹੀਂ ਕਿ ਸਾਡੇ ਧਾਰਮਿਕ ਆਗੂ ਕੀ ਕਰ ਰਹੇ ਨੇ? ਜੋਲ ਸਾਹਿਬ, ਇੱਕ ਗੱਲ ਤਾਂ ਬੜੀ ਕਲੀਅਰ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਜੋ ਹੁਕਮਨਾਮਾ ਜਾਰੀ ਹੁੰਦਾ, ਉਸ ਦੇ ਬਾਰੇ ਅਖਬਾਰਾਂ ਦੇ ਵਿੱਚ ਵੀ ਬਹੁਤ ਪ੍ਰਚਾਰ ਹੁੰਦਾ। ਜੋ ਸ਼੍ਰੋਮਣੀ ਕਮੇਟੀ ਦੇ ਨਾਲ ਸੰਬੰਧਿਤ ਗੁਰਦੁਆਰਾ ਸਾਹਿਬ ਨੇ, ਉਹਨਾਂ ਗੁਰਦੁਆਰਾ ਸਾਹਿਬ ਦੀਆਂ ਜੋ ਕਮੇਟੀਆਂ ਨੇ, ਜੋ ਮੈਂਬਰ ਨੇ, ਉਹਨਾਂ ਤੱਕ ਤਾਂ ਇਹ ਗੱਲ ਪਹੁੰਚਦੀ ਹੈ ਜਾਂ ਇੱਕ ਦੋ ਵਾਰ ਅਨਾਊਂਸਮੈਂਟ ਤਾਂ ਹੁੰਦੀਆਂ ਨੇ, ਪਰੰਤੂ ਜੇ ਆਪਾਂ ਕਹੀਏ ਕਿ ਉਹ ਚੀਜ਼ਾਂ ਇੱਕ ਜਨਤਕ ਲਹਿਰ ਬਣ ਜਾਣ ਜਾਂ ਪੰਜਾਬ ਦੇ ਬਹੁ ਗਿਣਤੀ ਲੋਕਾਂ ਨੂੰ, ਸਿੱਖਾਂ ਨੂੰ ਉਹਦੇ ਬਾਰੇ ਪਤਾ ਲੱਗ ਜਾਏ, ਤਾਂ ਮੈਨੂੰ ਲੱਗਦਾ ਕਿ ਇਹੋ ਜਿਹੀ ਕੋਈ ਗੱਲ ਨਹੀਂ। ਠੀਕ ਹੈ ਜੀ। ਇਹ ਨੇ ਸਾਡੇ ਕੋਲ ਪਰਮਵੀਰ ਸਿੰਘ ਬਾਠ, ਜੋ ਕਿ ਯੂਥ ਫਾਰ ਯੂ ਵੈਲਫੇਅਰ ਐਂਡ ਰਿਸਰਚ ਸੁਸਾਇਟੀ ਦੇ ਪ੍ਰਧਾਨ ਨੇ, ਅੱਛੇ ਨੌਜਵਾਨ ਬੁੱਧੀਜੀਵੀ ਹਨ। ਮਾਲਟਾ ਕਿਸ਼ਤੀ ਕਾਂਡ ਹੈ ਜੀ ਜੋ ਵਾਪਰਿਆ ਸੀ, ਜਿਸ ਦੇ ਵਿੱਚ ਦਰਜਨਾਂ ਦੀ ਤਾਦਾਦ ਦੇ ਵਿੱਚ ਪੰਜਾਬੀ ਨੌਜਵਾਨਾਂ ਦਾ ਕਾਂਡ ਹੋਇਆ ਸੀ, ਉਹਨਾਂ ਦੀ ਜਾਨ ਚਲੀ ਗਈ ਸੀ ਕ੍ਰਿਸਮਸ ਦੇ ਮੌਕੇ 'ਤੇ, ਉਸ ਹੈ ਜੀ ਘਟਨਾ ਦੇ ਬਾਰੇ 'ਚ ਵਿਸਥਾਰਪੂਰਵਕ ਇਹਨਾਂ ਨੇ ਇੱਕ ਕਿਤਾਬ ਵੀ ਲਿਖੀ ਸੀ। ਸੋ ਅੱਛੇ ਰਚਾਇਤਾ ਹਨ ਪਰਮਵੀਰ ਸਿੰਘ ਬਾਠ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ। ਸਰਦਾਰ ਧਾਲੀਵਾਲ ਜੀ, ਤੁਹਾਡੀਆਂ ਕੀ ਭਾਵਨਾਵਾਂ ਨੇ ਜੋ 29 ਸਾਲ ਪਹਿਲਾਂ ਜੋ ਕੁਝ ਦਰਬਾਰ ਸਾਹਿਬ 'ਚ ਹੋਇਆ ਸੀ? ਵੀਰ ਜੀ, ਉਹਦੇ ਬਾਰੇ ਜਿੱਥੇ ਕਿ ਤਾਂ ਸੁਣਨ ਨੂੰ ਜਾਂ ਦੇਖਣ ਨੂੰ ਆਉਂਦਾ, ਉਹਦੇ 'ਚ ਗੱਲਬਾਤ ਇਹ ਆ ਬਈ ਉੱਥੇ ਨਾਲੋਂ ਜ਼ਿਆਦਾ ਇਹਨਾਂ ਮੁਲਕਾਂ ਦੇ ਵਿੱਚ ਗੱਲ ਜ਼ਿਆਦਾ ਹੁੰਦੀ ਹੈ ਜੀ। ਉਸ ਚੀਜ਼ ਨੂੰ ਵਿਚਾਰਿਆ ਜਾਂਦਾ ਆ ਜੋ ਦਰਦਨਾਕ ਘਟਨਾ ਵਾਪਰੀ ਸੀ, ਉਸ ਨੂੰ ਜਿਹੜੇ ਬਾਹਰਲੇ ਮੁਲਕਾਂ ਦੇ ਨਿਵਾਸੀ ਆ ਜੀ, ਉਹਨੂੰ ਯਾਨੀ ਸੰਤਾਪ ਵਾਂਗੂ ਹੰਢਾਉਂਦੇ ਆ, ਉਸ ਚੀਜ਼ ਨੂੰ ਯਾਦ ਕਰਦੇ ਆ। ਉਹਨਾਂ ਦਿਨਾਂ ਦੇ ਵਿੱਚ ਤਕਰੀਬਨ ਤੁਸੀਂ ਵੀ ਇਸ ਚੀਜ਼ ਨੂੰ ਕਹਿ ਚੁੱਕੇ ਆ ਜੀ ਵੀ ਜਿਹੜਾ ਸੀ ਕਿ ਲਿਕੁਇਡੇਸ਼ਨ ਦਾ ਪ੍ਰੋਗਰਾਮ ਸੀ ਉਹ ਤੁਸੀਂ ਗਾਂਹ ਪਾ ਚੁੱਕੇ ਆ ਜੀ। ਯਾਨੀ
इत हरेक उस चीज़ को दर्द को महसूस करने की कोशिश करता आ बजाय इसकी कि भी जिथे कि साका होया सी उत्थे लोग इस चीज़ तो थोड़े जे वांझे आ जां इस चीज़ को रियल समझ नहीं सकते जां कोई कह सकदी है भी जां उन्हां नूं वो प्लेटफार्म नहीं दिता जांदा इत्थे आपां गल खुल के कर सकते हैं वो याद किए जाते गुरद्वारे च दिन मनाया जाता जी इत्थे उत्थे नालों कितने ज़्यादा उस चीज़ को ਵਿਚਾਰਿਆ ਜਾਂਦਾ ਜਾਂ ਸੰਤਾਪ ਹੰਡਾਇਆ ਜਾਂਦਾ ਜੀ ਉਹਨਾਂ ਦਿਨਾਂ ਦੇ ਵਿੱਚ ਸਰਦਾਰ ਗੁਰਮੁਖ ਸਿੰਘ ਬਾਠ ਜੀ ਜਿਹੜੀ ਗੱਲ ਇਹ ਸਰਦਾਰ ਧਾਲੀਵਾਲ ਨੇ ਆਖੀ ਹੈ ਕਿ ਕਿਸੇ ਬੱਚੇ ਨੂੰ ਕਿਸੇ ਨੌਜਵਾਨ ਨੂੰ ਉਹ ਕੁਝ ਹੀ ਆਉਂਦਾ ਹੁੰਦਾ ਉਹ ਕੁਝ ਹੀ ਉਹਨੂੰ ਪਤਾ ਹੁੰਦਾ ਉਹ ਕੁਝ ਹੀ ਉਹ ਮਨਾਉਂਦਾ ਹੈ ਜੋ ਉਸਦੇ ਮਾਪੇ ਉਸਦੇ ਅਧਿਆਪਕ ਜਾਂ ਆਲੇ ਦੁਆਲੇ ਦੇ ਹਾਲਾਤ ਉਸ ਨੂੰ ਦੱਸਣ ਸਿਖਾਉਣ ਕਰਨ ਨੂੰ ਕਹਿਣ ਪ੍ਰੇਰਨਾ ਦੇਣ ਸੋ ਤੁਹਾਨੂੰ ਕੀ ਲੱਗਦਾ ਕਿ ਪੰਜਾਬ ਦੇ ਵਿੱਚ ਨਵੀਂ ਨੌਜਵਾਨ ਪੀੜ੍ਹੀ ਨੂੰ ਸਿੱਖ ਇਤਿਹਾਸ ਦੇ ਨਾਲ ਸਿੱਖ ਧਰਮ ਦੇ ਹਾਂ ਜੀ ਇਤਿਹਾਸ ਦੇ ਨਾਲ ਜੋੜਨ ਦੇ ਵਿੱਚ ਕੋਈ ਕੁਤਾਹੀ ਹੋ ਰਹੀ ਹੈ ਕਿ ਉੱਥੇ ਨੌਜਵਾਨਾਂ ਨੂੰ ਪਤਾ ਹੀ ਨਹੀਂ ਹੈ ਕਿ ਇਹਨਾਂ ਦਿਹਾੜਿਆਂ ਦਾ ਮਹੱਤਵ ਕੀ ਹੈ ਬਿਲਕੁਲ ਵੀਰ ਜੀ ਇਹ ਬਿਲਕੁਲ ਸੱਚਾਈ ਆ ਇਹ ਮੈਂ ਦੂਰ ਦਾ ਨਹੀਂ ਜਾਂਦਾ ਵਾਲਾ ਮੈਨੂੰ ਆਪਣੇ ਪਿੱਛੇ ਰਹਿ ਰਹੇ ਪਰਿਵਾਰ ਬਾਰੇ ਮੈਂ ਤੁਹਾਨੂੰ ਦੱਸਦਾ ਮੇਰੇ ਫੇਸਬੁੱਕ 'ਤੇ ਮੇਰੇ ਭਾਣਜੇ ਮੇਰੇ ਭਤੀਜੇ ਨਾਲ ਮੇਰੇ ਅਟੈਚ ਨੇ ਹਾਂਜੀ ਅਤੇ ਮੈਂ ਉਹਨਾਂ ਵੱਲੋਂ ਕੋਈ ਵੀ ਐਸਾ ਮੈਸੇਜ ਨਹੀਂ ਵੇਖਿਆ ਫੇਸਬੁੱਕ 'ਤੇ ਜਿਹੜਾ ਪਾਇਆ ਹੋਵੇ ਉਹਨਾਂ ਨੇ ਵੀ ਦੂਜਾ ਮਰਾ ਵੀ ਜੂਨ 84 ਦਾ ਵੀ ਹੁਣ ਮਹੀਨਾ ਚੱਲ ਰਿਹਾ ਜੂਨ ਦਾ ਉਹਨਾਂ ਨੂੰ ਇਸ ਚੀਜ਼ ਬਾਰੇ ਕੁਛ ਨਹੀਂ ਪਤਾ ਮੈਨੂੰ ਗੁੱਸਾ ਮੇਰੀ ਫੇਸਬੁੱਕ ਤੋਂ ਮਾੜਾ ਮੋਟਾ ਪਤਾ ਲੱਗਦਾ ਉਹਨਾਂ ਨੂੰ ਇਸ ਚੀਜ਼ ਬਾਰੇ ਕੁਛ ਵੀ ਨੌਲੇਜ ਨਹੀਂ ਹੈ ਇਹਦਾ ਮਤਲਬ ਵੀ ਕਾਫੀ ਹੱਦ ਤੱਕ ਸਾਡਾ ਜਿਹੜਾ ਧਾਰਮਿਕ ਸੰਸਥਾਵਾਂ ਵੀ ਇਸ ਪਛੜੀਆਂ ਨੇ ਉੱਥੇ ਖਾਸ ਕਰਕੇ ਪੰਜਾਬ ਦੇ ਵਿੱਚ ਜਿਹੜਾ ਕਿ ਇਹਨਾਂ ਨੂੰ ਪ੍ਰਚਾਰ ਕਰਨ ਦੇ ਵੱਲ ਨਹੀਂ ਕੀਤਾ ਅਤੇ ਕੁਛ ਜਿਹੜੇ ਸਾਡੇ ਆਪਣੇ ਮਾਂ ਬਾਪ ਆ ਜਾਂ ਉਹ ਵੀ ਇਸ ਚੀਜ਼ ਤੋਂ ਕਾਫੀ ਦੂਰ ਆ ਕਿਉਂਕਿ ਉਹਨਾਂ ਨੂੰ ਇੰਨਾ ਲੱਗਦਾ ਨਹੀਂ ਵੀ ਬਾਹਲਾ ਜ਼ਰੂਰੀ ਨਹੀਂ ਸਮਝ ਆਉਂਦਾ ਈਵਨ ਇੱਥੇ ਆਪਾਂ ਕੈਨੇਡਾ ਦੇ ਵਿੱਚ ਵੀ ਜਦੋਂ ਆਪਾਂ ਸ਼ੁਰੂ ਕੀਤਾ ਸੀ ਆਹ ਮੁਹਿੰਮ ਲੱਚਰ ਗਾਇਕੀ ਦੀ ਆਪਾਂ ਇਹ ਨਾਂ ਰੱਖਿਆ ਸੀ ਵੀ ਆਪਾਂ ਸਾਰਿਆਂ ਨੂੰ ਬੇਨਤੀ ਕੀਤੀ ਵੀ ਜੂਨ ਦਾ ਮਹੀਨਾ ਜੇ ਹੋ ਸਕੇ ਤਾਂ ਆਪਾਂ ਥੋੜ੍ਹਾ ਜਿਹਾ ਅਵੋਇਡ ਕਰੀਏ ਸੋ ਕਾਫੀ ਹੱਦ ਤੱਕ ਆਪਣੇ ਵੀਰਾਂ ਨੇ ਪ੍ਰਮੋਟਰਾਂ ਨੇ ਇੱਥੇ ਆਪਣੀ ਗੱਲ ਮੰਨਿਆ ਅਤੇ ਅਜੇ ਤੱਕ ਕੋਈ ਸ਼ੋਅ ਲਾਉਣੀ ਹੈ ਤਾਂ ਇਸ ਵਾਰ ਬਹੁਤ ਧੰਨਵਾਦ ਕਰਦੇ ਹਾਂ ਇੱਥੇ ਆਪਣੀ ਕਾਫੀ ਅਵੇਅਰਨੈਸ ਹੈਗੀ ਹੈ ਵੈਸੇ ਕਮਾਲ ਦੀ ਗੱਲ ਆ ਆਪਣੇ ਆਪ ਦੇ ਵਿੱਚ ਕਿ ਅਸੀਂ ਭਾਈ ਤਾਰੂ ਸਿੰਘ ਵਰਗੀਆਂ ਸ਼ਖਸੀਅਤਾਂ ਨੂੰ ਨਹੀਂ ਭੁੱਲਣਾ ਅਸੀਂ ਕੁੱਪਰ ਹੀੜਾ ਨੂੰ ਨਹੀਂ ਭੁੱਲਣਾ ਕੱਥੂ ਨੰਗਲ ਨੂੰ ਅਸੀਂ ਨਹੀਂ ਭੁੱਲਣਾ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਜੋ ਕੁਝ ਹੋਇਆ ਉਹਨੂੰ ਅਸੀਂ ਨਹੀਂ ਭੁੱਲਣਾ ਮਾਛੀਵਾੜੇ ਸਰਹੰਦ ਨੂੰ ਅਸੀਂ ਨਹੀਂ ਭੁੱਲਣਾ ਅਤੇ ਅੰਮ੍ਰਿਤਸਰ ਦੇ ਵਿੱਚ ਜੋ ਕੁਝ 1984 'ਚ ਹੋਇਆ ਉਹ ਅਸੀਂ ਕਿਉਂ ਭੁੱਲਣਾ ਇਹ ਆਪਣੇ ਆਪ ਦੇ ਵਿੱਚ ਬੜੀ ਕਮਾਲ ਦੀ ਗੱਲ ਹੈ ਬਿਲਕੁਲ ਜੀ ਇਹ ਚੀਜ਼ ਸਾਡੇ ਸਾਹਮਣੇ ਸਵਾਲ ਬਹੁਤ ਵੱਡਾ ਆ ਜਦੋਂ ਆਪਾਂ ਐਲਾਨ ਕੀਤਾ ਸੀ ਨਾ ਵੀ ਆਪਣੇ 3 ਹੀ ਸ਼ਰਤਾਂ ਰੱਖੀਆਂ ਸੀ ਆਪਾਂ ਆਪਣੇ ਵੀਰਾਂ ਅੱਗੇ ਜੋ ਪ੍ਰਮੋਟ ਕਰਦੇ ਆ ਸੱਭਿਆਚਾਰ ਨੂੰ ਅਤੇ ਉਹਨਾਂ ਵਿੱਚੋਂ ਇਹ ਇੱਕ ਸੀ ਜੂਨ ਦੇ ਮਹੀਨੇ ਵਾਲੀ ਅਤੇ ਉਹਦੇ ਵਿੱਚ ਸਾਨੂੰ ਕਾਫੀ ਆਪਣੇ ਵੀਰਾਂ ਵੱਲੋਂ ਇਹ ਸੁਝਾਅ ਆਏ ਸੀ ਜੀ ਵੇਖੋ ਜੀ ਤੁਸੀਂ ਕਿਹੜਾ ਮਹੀਨਾ ਫਿਰ ਛੱਡੋਗੇ ਆਪਣਾ ਚੀਜ਼ ਹੁਣ ਕਈ ਵੀਰ ਜੀ ਹੁੰਦੇ ਜ਼ਖਮ ਹੁੰਦੇ ਜਿਹੜੇ ਉਹ ਥੋੜ੍ਹੇ ਜਿਹੇ ਪੱਕ ਜਾਂਦੇ ਕੁਛ ਅੱਲੇ ਹੁੰਦੇ ਆ ਜਿਹੜੇ ਪੱਕੇ ਉਹ ਤੁਸੀਂ ਨਹੀਂ ਮਹਿਸੂਸ ਕਰ ਸਕਦੇ ਜਿਹੜੇ ਅੱਲੇ ਹੁੰਦੇ ਤੁਹਾਨੂੰ ਮਹਿਸੂਸ ਹੁੰਦੇ ਆ ਇਸ ਵਾਸਤੇ ਜਿਹੜਾ ਜੂਨ ਦਾ ਮਹੀਨਾ ਇਹ ਜੇ ਮਹਿਸੂਸ ਹੋ ਰਿਹਾ ਆ ਕਿਉਂਕਿ ਹੁਣ ਜਿਹੜੇ 200-300 ਸਾਲ ਪਹਿਲਾਂ ਗੁਜ਼ਰ ਚੁੱਕੇ ਥੋੜ੍ਹੇ ਜ਼ਖਮ ਕਹਿ ਲਓ ਵੀ ਪੱਕੇ ਆ ਉਹਨਾਂ ਨੂੰ ਆਪਾਂ ਯਾਦ ਕਰਦੇ ਹਾਂ ਜ਼ਰੂਰ ਕਰਨਾ ਚਾਹੀਦਾ ਔਰ ਰਹਿੰਦੀ ਦੁਨੀਆਂ ਤੱਕ ਕਰਾਂਗੇ ਪਰ ਇਹ ਜਿਹੜਾ ਆਪਣਾ ਅੱਲਾ ਜ਼ਖਮ ਹੈ ਹਲੇ ਆਪਾਂ ਨੂੰ ਜ਼ਿਆਦਾ ਅਜੇ ਯਾਦ ਰਹਿੰਦਾ ਅੱਛਾ ਇਹ ਪਰਮਵੀਰ ਬਾਠ ਜੀ ਜੋ ਫਿਰ ਮੌਕੇ ਦੀਆਂ ਹਕੂਮਤਾਂ ਵੱਲੋਂ ਇਹ ਹਾਂਜੀ ਇੱਕ ਤਰੀਕੇ ਨਾਲ ਗੱਲ ਸ਼ੁਰੂ ਕੀਤੀ ਗਈ ਸੀ ਕਿ 1984 ਸਾਨੂੰ ਭੁੱਲ ਜਾਣਾ ਚਾਹੀਦਾ ਪਰ ਉਹਨਾਂ ਨੇ ਇਸ ਗੱਲ ਦਾ ਕੋਈ ਸਪਸ਼ਟ ਜਵਾਬ ਨਹੀਂ ਦਿੱਤਾ ਕਿ ਅਸੀਂ ਬਾਕੀ ਸਿੱਖ ਇਤਿਹਾਸ ਯਾਦ ਕਿਉਂ ਰੱਖਣਾ ਜਿਹੜਾ ਕਿ 1984 ਸਾਨੂੰ ਭੁੱਲ ਜਾਣਾ ਫਿਰ ਚਾਹੀਦਾ ਇਹਦਾ ਮਤਲਬ ਬਾਕੀ ਵੀ ਸਾਰਾ ਕੁਝ ਸਾਨੂੰ ਭੁੱਲ ਹੀ ਜਾਣਾ ਚਾਹੀਦਾ ਅਤੇ ਫਿਰ ਉਹ ਆਪਣੇ ਮਕਸਦ ਵਿੱਚ ਕਾਮਯਾਬ ਹੋ ਰਹੇ ਆ ਜੇ ਅੱਜ ਦੀ ਇੱਥੇ ਤੁਹਾਡੀ ਨੌਜਵਾਨ ਪੀੜ੍ਹੀ ਨੂੰ ਪਤਾ ਹੀ ਨਹੀਂ ਹੈ ਕਿ ਅੱਜ ਕਿਹੜੇ ਦਿਹਾੜੇ ਚੱਲ ਰਹੇ ਆ ਤੁਹਾਡੀ ਗੱਲ ਬਿਲਕੁਲ ਠੀਕ ਹੈ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਸਿਆਸੀ ਪਾਰਟੀ ਪੰਜਾਬ ਦੀ ਚਾਹੇ ਕੋਈ ਵੀ ਹੋਵੇ ਉਹ ਆਪਣੇ ਮਕਸਦ ਦੇ ਵਿੱਚ ਹੌਲੀ ਹੌਲੀ ਅੱਗੇ ਵੱਧ ਰਹੀ ਆ ਅੱਛਾ ਜੀ ਲੋਕਾਂ ਨੂੰ ਉਸ ਥਾਂ ਤੇ ਰੱਖਣ ਦੇ ਵਿੱਚ ਕਾਮਯਾਬ ਹੋ ਰਹੀ ਹੈ ਜਿੱਥੋਂ ਕਿ ਉਹਨਾਂ ਨੂੰ ਨੀਤੀਆਂ ਦੇ ਪਿੱਛੇ ਜੋ ਨੀਤੀਆਂ ਚੱਲਦੀਆਂ ਨੇ ਉਹਦੇ ਬਾਰੇ ਕੁਛ ਪਤਾ ਨਾ ਲੱਗੇ ਕਿਉਂਕਿ ਇੱਕ ਗੱਲ ਬੜੀ ਸਾਫ਼ ਤੇ ਸਪਸ਼ਟ ਹੈ ਜੇ ਪੰਜਾਬ ਦੇ ਲੋਕ ਆਪਣੇ ਇਤਿਹਾਸ ਬਾਰੇ ਆਪਣੇ ਵਿਰਸੇ ਦੇ ਉਹਨਾਂ ਸਿਧਾਂਤਾਂ ਬਾਰੇ ਜਾਣ ਗਏ ਤਾਂ ਫਿਰ ਮੌਜੂਦਾ ਤੌਰ ਤੇ ਜੋ ਇੱਕ ਤੰਤਰ ਚੱਲ ਰਿਹਾ ਇਹ ਉਹਦੇ ਖਿਲਾਫ਼ ਹੋਣਗੇ ਇਹ ਗੱਲ ਮੌਜੂਦਾ ਸਿਆਸੀ ਪਾਰਟੀਆਂ ਨੂੰ ਕਿਸੇ ਵੀ ਤਰ੍ਹਾਂ ਗਵਾਰਾ ਨਹੀਂ ਹੋ ਸਕਦੀ ਤੇ ਪਰ ਇਹ ਗੱਲ ਬੜੇ ਦੁੱਖ ਨਾਲ ਕਹਿਣੀ ਪੈ ਰਹੀ ਹੈ ਕਿ ਸਰਕਾਰਾਂ ਦੀਆਂ ਜੋ ਨੀਤੀਆਂ ਨੇ ਸਿਆਸੀ ਪਾਰਟੀਆਂ ਆ ਉਹ ਹੌਲੀ ਹੌਲੀ ਅੱਗੇ ਵੱਧ ਰਹੀਆਂ ਨੇ ਤੇ ਸਾਡੀ ਜੋ ਅਸਲੀਅਤ ਹੈ ਹੌਲੀ ਹੌਲੀ ਪਿੱਛੇ ਛੁੱਪ ਰਹੀ ਹੈ ਠੀਕ ਹੈ ਜੀ ਸੋ ਸਾਡਾ ਜਿਹੜਾ ਅਮੀਰ ਵਿਰਸਾ ਉਹਨੂੰ ਵਿਸਾਰਿਆ ਜਾ ਰਿਹਾ ਰਾਜਨੀਤਿਕ ਸੋਚ ਜਿਹੜੀ ਆ ਉਹਨੂੰ ਵਿਸਾਰਨ ਦੇ ਵਿੱਚ ਇੱਕ ਤਰੀਕੇ ਦੇ ਨਾਲ ਹਾਂਜੀ ਪੂਰੀ ਤਰ੍ਹਾਂ ਸਫਲ ਹੋ ਰਹੀ ਹੈ ਇਹ ਤੁਸੀਂ ਇਸ਼ਾਰਾ ਦੇ ਰਹੇ ਹੋ ਪਰਮਵੀਰ ਸਿੰਘ ਬਾਠ ਸਾਡੇ ਨਾਲ ਲਾਈਨ 'ਤੇ ਹਨ ਯੂਥ ਫੋਰ ਯੂ ਵੈਲਫੇਅਰ ਐਂਡ ਰਿਸਰਚ ਸੁਸਾਇਟੀ ਦੇ ਪ੍ਰਧਾਨ ਗੜੀ ਬਖਸ਼ਾ ਪਿੰਡ ਆ ਜੀ ਭੋਗਪੁਰ ਦੇ ਲਾਗੇ ਜਲੰਧਰ ਜ਼ਿਲ੍ਹਾ ਦੇ ਵਿੱਚ ਜਿੱਥੋਂ ਕਿ ਇਸ ਵੇਲੇ ਸਾਡੇ ਨਾਲ ਇਹ ਪਰਮਵੀਰ ਬਾਠ ਲਾਈਨ 'ਤੇ ਹਨ ਇਹਨਾਂ ਦਾ ਅੱਜ ਦੇ ਪ੍ਰੋਗਰਾਮ ਦੇ ਚੋਣ ਦਾ ਬੜਾ ਇੱਕ ਵਿਸ਼ੇਸ਼ ਮਕਸਦ ਹੈ ਇਸ ਦੇ ਨਾਲ ਜਸਵੀਰ ਸਿੰਘ ਜੀ ਧਾਲੀਵਾਲ ਅਤੇ ਗੁਰਮੁਖ ਸਿੰਘ ਬਾਠ ਹੋਣਾ ਦਾ ਵੀ ਪ੍ਰੋਗਰਾਮ ਦੇ ਵਿੱਚ ਆਉਣ ਦਾ ਇੱਕ ਬੜਾ ਵਿਸ਼ੇਸ਼ ਮਕਸਦ ਹੈ ਅਸੀਂ ਇਹਨਾਂ ਦੇ ਨਾਲ
इस तो पहला कि मकसद वालों चलीए परमवीर बाठ जी लगता है कि जो तुम 5 जून का वैसे प्रोग्राम उलीकिया ना इस सिलसिले के जो थोड़ा महसूस हों कि पंजाब की नौजवानी ये जून हूँ जी 1984 के दिहाड़ियों बारे पता ही कुछ नहीं है तो फिर लगता कि तुम जो मुहिम तुम 5 जून जोड़ा एक मिशन लैके जा रहे हो उस तरीके कि इस इतिहास में जिंदा रखण के लिए भी कोई कंपेन ना विढ़नी पै जाए जी मैनू लगता जॉन साहब के बहुत जल्द मतलब एक या दो साल असी शुरू कर जा रहे हैं क्योंकि साड़ी सोसायटी जो यूथ फॉर यू वेलफेयर एंड रिसर्च सोसायटी ये 6 साल की उम्र अजे इस सोसायटी की हुई है बहुत घट लोग ने जो इस मकसद को समझ रहे हैं कि पंजाब की नौजवान पीढ़ी में असी किवें हुण तक एक लड़ीबद्ध रूप के अपने विरसे सभ्याचार धर्म जुड़ना असं यह चाहते हैं कि पहला ग्राउंड लैवल के उत्ते कुछ कम करके जिस दे नाल कि लोग एक पारदर्शिता एक इमानदार सोच में समझ सकन उस तो बाद क्योंकि मैंने लगता कि धर्म नाल संबंधित बहुत सारे बड़े मुद्दे ने जिन्हां दे उत्ते जनतक लामबंदी बहुत जरूरी है ठीक है जी तो उस लामबंदी नूं करन लई पहला सानूं अपनियां जड़ां मजबूत करनियां पैणियां ते मैंने लगता कि 2014 नहीं तो 2015 दे विच तुसीं घट्टो घट्ट दुआबा ते माझे दे विच जरूर एक यूथ फॉर यू वालों वड्डी सरगर्मी इस महीने बिल्कुल जी बड़िया तुहाडियां जड़ां मजबूत ने जी खास तौर पर अपने ही एरिया दे विच मैनूं पता है बड़ी वड्डी तादाद दे विच नौजवान तुहाडी यूथ फॉर यू वेलफेयर एंड रिसर्च सोसायटी दे नाल जुड़े हुए हो और जिस तरह तुसीं कोई हां जी मीह जावे हनेरी जावे कदी गर्मी ठंड तुसीं परवाह नहीं करदे मैनूं कई बार देख के तुहाडे सरगर्मियां वल बड़ी प्रेरणा मिलती है कि एक पासे असीं नौजवानों नूं दोष लाने कि जां चलो सच्चाई भी है कि नशे दे नाल ही जुड़ी जा रहे हैं पढ़दा कोई है नहीं है हाँ जी अमली होंदे जा रहे हैं सारे भैड़ उन्होंने आते जा रहे हैं पर तुहानू तुहाडे नाल जुड़े हुए नौजवानों देख के कई बार बड़ी हाँ जी मन दे विच प्रसन्नता होंदी है कि इस किस्म के अच्छे लोग भी हैं प्रोग्राम दे विच तुसी हो तुसी जाना जी टांडा तो लैकर के तकरीबन 5 दर्जन नौजवानों ने साइकिलों पर हो जाना सवार तो तुसी दसूआ जाना उत्थे तुसी जाके उत्थों दे SDM नूं एक विशेष याद पत्र देना आवाज़ दे हाँ जी प्रदूषण के खिलाफ ते वलगर सिंगिंग जो ये लच्चर गायकी है उस दे खिलाफ तुसीं याद पत्र देन जा रहे हो दसोगे साडे दर्शकां नूं कि ये तुहाडा पूरा प्रोग्राम की है जो साहब मैं दर्शकों को दसना चाहना कि यह प्रोग्राम यूथ फॉर यू वेलफेयर एंड रिसर्च सोसायटी और तर्कशील सोसायटी इकाई टांडा वालों सांझे तौर पर किया जा रहा इस प्रोग्राम दे विच असीं कोई 60 दे करीब नौजवान जिन्हां दे विचों मैं जिवें गल करनी चाहना विशेष तौर पर कि 20 नौजवान वो ने जिन्हें ने MA मास्टर तक की डिग्री की हुई है अच्छा जी 20 नौजवान वो ने जो मैट्रिक ने 20 नौजवान जो अजे भी लगभग अनपढ़ कहे जा सकते हैं असी 60 नौजवान ने साइकिल के उत्ते वख-वख पिंडां दे विच भी होके ज रस्ते जो अड्डे आते हैं उत्थे असी एक दुबरकी प्रकाशित की हुई है जिदे विच लच्चर गायकी ते अश्लील वीडियो दीआं की हानियां ने किवें इह साडे सभ्याचार नूं विरसे नूं प्रभावित कर रही है उहदे बारे स्पष्ट तौर ते दस्सिया गया उह वंडदे जावांगे एक जे कितें हो सके तां नुक्कड़ 5 मिंट लई साडे कोल 2 बड़े मजबूत जथेबंधक आगू ने वो उत्थे 5 मिंट लई लोकां नूं संबोधन भी करनगे ते आखिर दे विच जाके SDM चौक दसूआ जिथे के साहित सभा दसूआ गढ़दी वाले मैंबर इस जथे दी उसे स्वागत करनगे ते उत्थे उन्हां ने 10 मिंट का छोटा फंक्शन रख्या होया जिथे 3 बंदे इस मुद्दे के उत्ते स्थानक लोगों को संबोधन करेंगे उस तो बाद SDM दसूआ इस संबंध में मंग पत्र देवा दिता जाएगा मुख्यमंत्री पंजाब के नाम से अच्छा ये SDM दसूआ के राही जो तुहाडा याद पत्र है मंग पत्र है ये मुख्यमंत्री पंजाब तक पहुँचेगा जी बिल्कुल जी सो इस दे विच लच्चर गायकी बारे तुसीं की कहण जा रहे हो इस याद पत्र दे विच लच्चर गायकी बारे जो साहब मैंने लगता कि 2-2.5 मिनट का समा चाहिए सानू इस तरह महसूस हुंदा सी कि 3 पद्धर ने जिस करके साडी गायकी बहुत वड्डी पद्धर से प्रभावित हुई है पहली ने कि जो हुण संगीत कंपनियां पंजाबी दे विच एंटर कर गई जबकि उन्होंने बहुत से जो मालक ने कामकार करने वाले कर्मचारी ने वो पंजाब तो बाहर ने उन्होंने साडे सभ्याचार का विरसे का गीत संगीत का कोई पता नहीं दूसरे नंबर से जो गीतकार मौजूदा समय दे विच गीत लिख रहे ने पहली गल कि उन्हां को विषयां की बड़ी घाट है उन्हां दे शब्द भंडार काफी ऊणे ने तीसरी गल कि उन्हां नूं शब्दां दे अर्थां दा नहीं पता उन्होंने पुराने जो चांदी राम चांदी वर्गे सरदार लाल सिंह दिल वर्गे जो गीतकार सी पुराने साडे उन्हां नूं ना तां पढ़िया ते ना सुनिया
वो सिर्फ मौके दे रुझान करके जो एक पब्लिसिटी स्टंट साढ़े चैनलों के उत्ते चल रहा जां इंटरनेट के उत्ते चल रहा उस तो प्रभावित होकर वो गीतकार बने जो कि साढ़े सभ्याचार का घाण करन दे विच बहुत ही लाहेवंद साबित हो रहे हैं। अच्छा जी, इन्हां सूचियां चीज़ां नूं देख के असीं इह सारियां चीज़ां पाईआं कि एक तां मंग पत्र दे विच कि सेंसर होना बड़ा जरूरी है, सरकारी तौर पर एक सेंसर हो जिहदे विच कि सियाणे बंदे कुछ साहित्यक बंदे हो कुछ जो गीतकारी नाल संबंध रखते हो कुछ गायक होन ते कुछ समाज सेवी जथेबंदियां दे लोक भी होन जिहड़े कि आम लोगों के विच विचरदे होन, एक सेंसर वह भी हो। दूसरा उन्होंने ये भी कहा कि जो पिंडों के विच जे किधरे लाइब्रेरियां जां कोई होर ऐसियां संस्थावां ने जिथे के पुराने गीतकारां नाल संबंधित मटीरियल मुहैया कराया जा सके जिस दे नाल कि वो मटीरियल नूं देख पढ़ के एक समाजिक सेंसर भी पंजाब दे लोकां दे विच बन सके, क्योंकि जिन्ना चिर जो तक समाजिक सेंसर नहीं बनता उन्ना चिर इस जिहड़ी लच्चर गायकी ते अश्लील वीडियो नूं मात पाउणा थोड़ा मुश्किल नजर आउंदा है। ठीक है, बिल्कुल ठीक है। अच्छा, एक तीसरा आस्पेक्ट भी जॉन साहब मैं थोड़ा भुल गया कि जो बसा चल रही ने जो वाहन ने जो नौजवान पीढ़ी जिहड़ी के गुमराह हो गई है वो जीपा दे विच उच्ची उच्ची आवाज दे विच घटिया गाने लाउंदी है ते तुरंत अजिहे वाहनां नूं अजिहियां बसां नूं चलान किया जाए उन्हां नूं बॉन्ड किया जाए तां जो धक्के नाल इह गीत सुनाउणे बंद कर। अच्छा, पिछले दिन ही पंजाब दे विच कुछ बस ड्राइवरां दे नाल असीं गलबात कीती सीगी, उन्होंने कहा सीगा कि जी पंजाब सरकार का ऑर्डर आ गया कि जिहड़ियां नवीं बसा बननगियां उन्हां दे विच स्पीकर टेपां लगनगियां ही नहीं, सो ना रहेगा बांस ते ना जी बजेगी बांसरी, इहो जी गलबात। तो लेकिन के जे कोई ड्राइवर इस तरीके दे नाल गीत गंदा लगाउंदा भी है बस दे विच ते फिर उस दे चलान बड़े वड्डे वड्डे हो रहे ने बस कंपनियां दे भी, ये गल ड्राइवरां दी ठीक हो सकती है कि जां लोक अजे भी उन्ने परेशान है जी? जॉब साहब मैंने लगता कि ये गल भी अजे थोड़ी भ्रांति का शिकार आ, क्योंकि पिछे एक ऐलान होया सी कि पंजाब दे विच जल्द ही 70% सरकारी बसा भी एसी हो जाएगी, सरकार वालों ऐलान किया गया सी उहदे लई स्पैशल परमिट जारी किए जाएंगे, जे कोई प्राइवेट बस ओनर भी अपने रूट से नॉर्मल बस को एसी दे विच कन्वर्ट करवाना चाहता तो वो भी विशेष सहूलत दी जाऊगी। परंतु एक गल इतने देखने योग है कि जिन्हिया भी नवी एसी बसा आ रही ने सारिया के टेप रिकॉर्डर तो साइड से छद देने टैलीविजन की सुविधा है। अच्छा जी, वो टैलीविजन कई बार ये भी होंगे कि बस के चलन तो पहला ही अद्धा घंटा ला दिता जाता ता जो सवारियों को खिंचया जा सके। मैं लगता कि ये गल शायद अपलाई ना हो सके कि बसा के आप गीत संगीत बंद करने वाल, मैनू नहीं लगता कि ना सरकार ना आम लोग ना प्रशासनिक अधिकारी कोई भी मैं लगता इस पास सुहिरद नहीं तो ना ही किसी का ध्यान है जी इस पास हाल ही। ठीक है जी, ये लो जी साढ़े नाल परमवीर सिंह बाठ प्रोग्राम दे विच तुहाडे कोल गर्मी मेरे ख्याल काफ़ी शिखर से चल रहा जी, तापमान किन्ना क्या इन्होंने दिनों वध तो वध दिन वेले? तापमान 44 के करीब हो जाता जी दोपहर वेले। अच्छा, 44 डिग्री के आस पास। तो तुम जो कल सैकल चलाने ने इन्नी गर्मी के कोई प्रबंध तुम अपना विशेष किया जी? ਜਿੱਦਾਂ ਸਾਡੇ ਕੋਲ 50 ਤੋਂ 60 ਜੇ ਸਾਈਕਲ ਹੋਣਗੇ ਤੇ ਨਾਲ ਅਸੀਂ ਦੋ ਇੱਥੇ ਆਟੋ ਟਾਈਪ ਅਸੀਂ ਦੋ ਗੱਡੀਆਂ ਛੁੱਟੀਆਂ ਕਿਰਾਏ ਤੇ ਕੀਤੀਆਂ ਹੋਈਆਂ ਨੇ ਜਿਨ੍ਹਾਂ ਦੇ ਵਿੱਚ ਪਾਣੀ ਦਾ ਨਿੰਬੂ ਦਾ ਤੇ ਗਲੂਕੋਜ਼ ਜਿਹੜਾ ਆਪਾਂ ਘੋਲ ਕੇ ਪੀਂਦੇ ਹਾਂ ਉਹਨਾਂ ਦਾ ਪ੍ਰਬੰਧ ਹੈ ਵੀ ਜੇ ਕਿਸੇ ਮੈਂਬਰ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਆਪਾਂ ਉਹਦਾ ਸਾਈਕਲ ਵੀ ਚੱਕ ਵਿੱਚ ਰੱਖ ਸਕੀਏ ਤੇ ਉਹਦੇ ਵਿੱਚ ਬੈਠ ਕੇ ਸਕੀਏ। ਠੀਕ ਹੈ ਜੀ, ਬਹੁਤ ਮਿਹਰਬਾਨੀ, ਅਸੀਂ ਤੁਹਾਨੂੰ ਬਹੁਤ ਬਹੁਤ ਸ਼ੁਭ ਇਸ਼ਾਵਾਂ ਦਿੰਦੇ ਹਾਂ ਕਿ ਇਸ ਆਪਣੀ ਕੰਪੇਨ ਦੇ ਵਿੱਚ ਤੁਸੀਂ ਵੱਧ ਤੋਂ ਵੱਧ ਕਾਮਯਾਬ ਹੋਵੋ, ਇਸੇ ਤਰੀਕੇ ਦੀਆਂ ਬਹੁਤ ਸਾਰੀਆਂ ਹੋਰ ਉਸਾਰੂ ਕੰਪੇਨਸ ਤੁਸੀਂ ਪੰਜਾਬ ਦੇ ਵਿੱਚ ਚਲਾਓ, ਸਾਨੂੰ ਤੁਹਾਡੇ ਤੋਂ ਬੜੀਆਂ ਆਸਾਂ ਨੇ, ਤੁਹਾਡੇ ਜਿਹੇ ਜੁਝਾਰੂ ਨੌਜਵਾਨਾਂ ਦੀ ਪੰਜਾਬ ਨੂੰ ਬੜੀ ਲੋੜ ਹੈ। ਕੀ ਕਹਿਣਾ ਚਾਹੋਗੇ ਅਖੀਰ 'ਤੇ ਸਾਡੇ ਕੈਨੇਡਾ ਦੇ ਵਿੱਚ ਦਰਸ਼ਕਾਂ ਨੂੰ, ਆਪਣੇ ਵੱਲੋਂ ਕੋਈ ਖਾਸ ਸ਼ਬਦਾਂ ਦੇ ਵਿੱਚ ਅਪੀਲ ਕਰਨਾ ਚਾਹੁੰਦੇ ਹੋ? ਜੀ ਜੋ ਸਾਹਿਬ, ਮੈਂ SSTV ਚੈਨਲ ਦੇ ਰਾਹੀਂ ਇੱਕ ਬੜੀ ਨਿਮਰਤਾ ਸਹਿਤ ਬੇਨਤੀ ਕਰਨਾ ਚਾਹੁੰਦਾ ਕਿ ਕੋਈ ਵੀ ਪ੍ਰਵਾਸੀ ਪੰਜਾਬੀ ਵੀਰ ਜਿਹੜਾ ਵੈਸਲੇ ਸੁਣ ਦੇਖ ਰਿਹਾ ਹੋਵੇ ਉਹ ਮਾਈਂਡ ਨਾ ਕਰੇ। ਮੈਨੂੰ ਇਸ ਤਰ੍ਹਾਂ ਲੱਗਦਾ ਹੁੰਦਾ ਕਿ ਪੰਜਾਬ ਦੇ 90% ਲੋਕਾਂ ਦੇ ਕੋਲ, ਪੰਜਾਬ ਦੇ ਵਿੱਚ ਪੰਜਾਬ ਦੇ ਜੋ ਬਛਿੰਦੇ ਨੇ ਉਹਨਾਂ ਦੇ ਕੋਲ ਐਸੇ ਸਾਧਨ ਨਹੀਂ ਨੇ ਕਿ ਉਹ ਕਿਸੇ ਇਹ ਲੱਚਰ ਗਾਇਕੀ ਗਾਉਣ ਵਾਲੇ ਸਿੰਗਰ ਦਾ ਕੋਈ ਸ਼ੋਅ ਕਰਾ ਸਕਣ ਜਾਂ ਉਹਨੂੰ ਵਿਆਹ ਸ਼ਾਦੀ ਜਾਂ ਹੋਰ ਪ੍ਰੋਗਰਾਮ 'ਤੇ ਸੱਦ ਸਕਣ। ਸਿਰਫ 10% ਲੋਕ ਨੇ ਜੋ ਸਾਧਨ ਸੰਪੰਨ ਨੇ, ਜਾਂ ਤਾਂ ਉਹ ਲੋਕ ਇਹਨਾਂ ਚੀਜ਼ਾਂ ਨੂੰ ਪ੍ਰਮੋਟ ਕਰਦੇ ਨੇ ਜਾਂ ਅਣਭੋਲ ਦੇ ਵਿੱਚ ਆ ਕੇ ਕੁਝ ਪ੍ਰਵਾਸੀ ਪੰਜਾਬੀ, ਕੁਝ ਗਿਣਤੀ, ਬਿਲਕੁਲ ਘੱਟ ਗਿਣਤੀ ਹੈ, ਬਹੁਤ ਸਾਰੇ ਪ੍ਰਵਾਸੀ ਪੰਜਾਬੀ ਬਹੁਤ ਚੰਗਾ ਕੰਮ ਕਰ ਰਹੇ ਨੇ ਅਤੇ ਸਾਨੂੰ ਪ੍ਰਵਾਸੀ ਪੰਜਾਬੀਆਂ ਵੱਲੋਂ ਪੰਜਾਬ ਵਿੱਚ ਦਿੱਤੇ ਗਏ ਯੋਗਦਾਨ 'ਤੇ ਬਹੁਤ ਮਾਣ ਵੀ ਹੈ। ਪਰੰਤੂ ਕੁਝ ਗਿਣਤੀ ਐਸੀ ਪ੍ਰਵਾਸੀ ਪੰਜਾਬੀਆਂ ਦੀ ਹੈ ਜਿਨ੍ਹਾਂ ਨੇ ਬਹੁਤ ਵੱਡੀਆਂ ਵੱਡੀਆਂ ਗੱਡੀਆਂ ਜਾਂ ਉੱਪਰੋਂ ਵੀ ਕੱਢ ਕੇ ਚੀਨੀਆਂ ਸੋਨਾ ਪਾ ਕੇ ਪੰਜਾਬ ਦੇ ਨੌਜਵਾਨਾਂ ਨੂੰ ਥੋੜ੍ਹਾ ਜਿਹਾ ਦਿਸ਼ਾਹੀਨ ਕਰਨ ਦੇ ਵਿੱਚ ਵੀ ਯੋਗਦਾਨ ਦਿੱਤਾ। ਅਤੇ ਮੈਂ ਪ੍ਰਵਾਸੀ ਪੰਜਾਬੀਆਂ ਨੂੰ ਪੂਰੇ ਆਪਣੇ ਦਿਲੋਂ ਅਪੀਲ ਕਰਨੀ ਚਾਹੁੰਦਾ ਕਿ ਜੋ ਲੋਕ ਜੋ ਸਿੰਗਰ
ਗਲਤ ਸੱਭਿਆਚਾਰ ਪਰੋਸ ਰਹੇ ਨੇ ਉਹਨਾਂ ਨੂੰ ਬਿਲਕੁਲ ਵੀ ਪ੍ਰਮੋਟ ਨਾ ਕੀਤਾ ਜਾਵੇ, ਸਗੋਂ ਪੰਜਾਬ ਦੇ ਵਿੱਚ ਆ ਕੇ ਇਹੋ ਜਿਹੇ ਸੱਭਿਆਚਾਰਕ ਮੇਲਿਆਂ ਦਾ ਆਯੋਜਨ ਕੀਤਾ ਜਾਵੇ ਜਿਨ੍ਹਾਂ ਦੇ ਵਿੱਚ ਘੋੜੀਆਂ ਤੇ ਸੁਹਾਟ ਦੇ ਮੁਕਾਬਲੇ ਹੋਣ, ਜੋ ਸਾਡੀਆਂ ਪੁਰਾਤਨ ਵੰਨਗੀਆਂ ਨੇ ਸੰਗੀਤ ਦੀਆਂ ਉਹਨਾਂ ਨੂੰ ਪ੍ਰਮੋਟ ਕੀਤਾ ਜਾਵੇ। ਕਿਉਂਕਿ ਇੱਕ ਗੱਲ ਜੋ ਸਾਹਿਬ ਮੈਂ ਕਹਿਣੀ ਚਾਹੁੰਦਾ ਕਿ ਪੰਜਾਬ ਦੇ ਜੋ ਮੌਜੂਦਾ ਸੱਭਿਆਚਾਰਕ ਮੇਲੇ ਨੇ, ਚਾਹੇ ਉਹ ਪ੍ਰਵਾਸੀ ਪੰਜਾਬੀ ਕਰਾਵੇ ਕਰਾਉਣ ਤੇ ਚਾਹੇ ਲੋਕਲ ਲੋਕ, ਉਹਨਾਂ ਦੇ ਵਿੱਚ ਔਰਤਾਂ ਦੀ ਸ਼ਮੂਲੀਅਤ ਹੌਲੀ ਹੌਲੀ ਮਨਫੀ ਹੁੰਦੀ ਜਾ ਰਹੀ ਹੈ। ਠੀਕ ਹੈ ਜੀ। ਤੇ ਉਹਦਾ ਕਾਰਨ ਵੀ ਇਹ ਆ ਕਿ ਜਦੋਂ ਤੱਕ ਅਸੀਂ ਪੁਰਾਣੀਆਂ ਸਾਡੀਆਂ ਜੋ ਰਵਾਇਤਾਂ ਨੇ ਉਹਨਾਂ ਦੇ ਮੁਕਾਬਲੇ ਨਹੀਂ ਕਰਾਉਂਦੇ, ਉਹਨਾਂ ਨੂੰ ਪ੍ਰਮੋਟ ਨਹੀਂ ਕਰਦੇ, ਉਦੋਂ ਤੱਕ ਸਾਡੇ ਸੱਭਿਆਚਾਰਕ ਮੇਲੇ ਵੀ ਅੱਧੇ ਪੰਜਾਬੀਆਂ ਦਾ ਹੀ ਹਿੱਸਾ ਬਣ ਕੇ ਰਹਿ ਜਾਣਗੇ। ਸੋ ਮੈਂ ਬੜੇ ਹੀ ਨਿਮਰਤਾ ਸਹਿਤ ਪ੍ਰਵਾਸੀ ਪੰਜਾਬੀਆਂ ਨੂੰ ਇਸ ਪਾਸੇ ਧਿਆਨ ਦੇਣ ਦੀ ਬੇਨਤੀ ਕਰਾਂਗਾ। ਠੀਕ ਹੈ ਜੀ। ਇੱਕ ਗੱਲ ਦੀ ਸਾਨੂੰ ਤੁਹਾਡੇ ਤੇ ਬੜੀ ਤਸੱਲੀ ਹੈ ਕਿ ਪੰਜਾਬ ਦੇ ਵਿੱਚੋਂ ਤੁਹਾਡੇ ਨਾਲ ਗੱਲ ਕਰਦੇ ਹਾਂ ਸਾਨੂੰ ਲੱਗਦਾ ਹੁੰਦਾ ਕਿ ਅਸੀਂ ਪੰਜਾਬ ਦੇ ਵਿੱਚ ਗੱਲ ਕਰ ਰਹੇ ਹਾਂ, ਕਿਉਂਕਿ ਅੱਜ ਦੇ ਕਿਸੇ ਨੌਜਵਾਨ ਦੇ ਨਾਲ ਉੱਥੇ ਗੱਲ ਕਰੀਏ ਤੇ ਸਾਨੂੰ ਲੱਗਦਾ ਨਹੀਂ ਹੁੰਦਾ ਕਿ ਉਹਨਾਂ ਦਾ ਜਨਮ ਪੰਜਾਬ ਦੇ ਵਿੱਚ ਹੋਇਆ ਹੋਣਾ, ਕਿਉਂਕਿ ਜਿੱਦਾਂ ਦੀ ਉਹ ਬੋਲੀ ਟੁੱਟੀ ਫੁੱਟੀ ਬੋਲਦੇ ਆ, ਅੱਧੀ ਅੰਗਰੇਜ਼ੀ ਅੱਧੀ ਪੰਜਾਬੀ, ਸਾਨੂੰ ਲੱਗਦਾ ਹੁੰਦਾ ਕਿ ਕੈਨੇਡਾ ਤੋਂ ਖਰੇ ਇਹ ਆਏ ਆ। ਤੁਹਾਡੇ ਨਾਲ ਗੱਲ ਕਰਕੇ ਸਾਨੂੰ ਬੜਾ ਮਾਣ ਮਹਿਸੂਸ ਹੁੰਦਾ ਮਨ ਦੇ ਵਿੱਚ ਕਿ ਪੰਜਾਬ ਦੇ ਵਿੱਚ ਬੈਠਾ ਨੌਜਵਾਨ ਇੰਨੀ ਵਧੀਆ ਪੰਜਾਬੀ ਬੋਲ ਰਿਹਾ ਹੈ। ਬਹੁਤ ਬਹੁਤ ਤੁਹਾਡਾ ਧੰਨਵਾਦ ਪਰਮਵੀਰ ਬਾਠ ਜੀ। ਬਹੁਤ ਧੰਨਵਾਦ ਜਵਾਬ ਸਾਹਿਬ, ਬਹੁਤ ਸ਼ੁਕਰੀਆ ਜੀ। ਸ਼ੁਕਰੀਆ ਜੀ। ਅਤੇ ਲਓ ਜੀ, ਸਾਡੇ ਨਾਲ ਸਨ ਪਰਮਵੀਰ ਬਾਠ, ਗੜੀ ਬਖਸ਼ਾ ਪਿੰਡ ਤੋਂ, ਭੋਗਪੁਰ ਦੇ ਲਾਗਿਓਂ, ਜਲੰਧਰ ਜ਼ਿਲ੍ਹਾ ਤੋਂ, ਜਿਨ੍ਹਾਂ ਨੇ ਦੱਸਿਆ ਆਪਣਾ ਸਾਰਾ ਪ੍ਰੋਗਰਾਮ ਕਿ ਇਹਨਾਂ ਨੇ ਜਾਣਾ 5 ਜੂਨ ਨੂੰ ਟਾਂਡਾ ਤੋਂ ਦਸੂਹਾ ਤੱਕ ਸਾਈਕਲਾਂ 'ਤੇ ਸਵਾਰ ਹੋ ਕੇ, ਅਤੇ SDM ਦਸੂਹਾ ਨੂੰ ਯਾਦ ਪੱਤਰ ਦੇਣਾ ਹੈ ਲੱਚਰ ਗਾਇਕੀ ਦੇ ਖਿਲਾਫ਼, ਅਤੇ ਇਸ ਦੇ ਨਾਲ ਹੀ ਜੋ ਸਪੀਕਰਾਂ 'ਤੇ ਇੱਧਰ ਉੱਧਰ ਹਾਂਜੀ ਆਵਾਜ਼ ਦਾ ਪ੍ਰਦੂਸ਼ਣ ਫੈਲਾਇਆ ਜਾਂਦਾ। ਜੋ ਕੁਝ ਇਹਨਾਂ ਨੇ ਕਿਹਾ ਧਾਲੀਵਾਲ ਸਾਹਿਬ, ਕੀ ਤੁਹਾਡੇ ਹਾਵ ਭਾਵ ਨੇ ਉੱਥੇ ਜੋ ਨੌਜਵਾਨ ਕਰ ਰਹੇ ਨੇ? ਕਈ ਵਾਰੀ ਆਪਾਂ ਨੂੰ ਲੱਗਦਾ ਹੁੰਦਾ ਕਿ ਇੱਥੇ ਤਾਂ ਹਾਂਜੀ ਸਾਰਾ ਕੁਝ ਹੀ ਚੌਪਟ ਹੋ ਗਿਆ, ਨੌਜਵਾਨਾਂ ਨੂੰ ਕੋਈ ਸੇਧ ਦੇਣ ਵਾਲਾ ਹੈ ਹੀ ਨਹੀਂ ਹੈ, ਪਰ ਇਹ ਨੌਜਵਾਨ ਜਿਸ ਤਰ੍ਹਾਂ ਬੋਲ ਕੇ ਗਿਆ, ਤੁਹਾਡੀਆਂ ਕੀ ਭਾਵਨਾਵਾਂ ਨੇ? ਵੀਰ ਜੀ, ਕੁਛ ਉੱਥੇ ਸੁਹਿਰਦ ਹਿਰਦੇ ਹਜੇ ਵੀ ਜਿਉਂਦੇ ਆ, ਜਿਨ੍ਹਾਂ ਦੇ ਸਿਰ 'ਤੇ ਪੰਜਾਬ ਚੱਲ ਰਿਹਾ, ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਹਾਂ। ਪਰ ਜਿਹੜੀਆਂ ਆਪਾਂ ਸਰਕਾਰਾਂ ਦੀ ਗੱਲ ਕਰਦੇ ਸੀ ਵੀ ਸਰਕਾਰਾਂ ਨੇ ਆਪ ਹੀ ਉੱਥੇ ਇਸ ਚੀਜ਼ ਨੂੰ ਭੁੱਲਣ ਲਈ ਜਾਂ ਦਬਾਉਣ ਲਈ ਵੱਧ ਤੋਂ ਵੱਧ ਕੋਸ਼ਿਸ਼ਾਂ ਕੀਤੀਆਂ ਨੇ ਉੱਥੇ, ਅਤੇ ਉਸ ਤੋਂ ਜਦੋਂ ਨਸ਼ਿਆਂ ਦੇ ਵੱਲ ਸਰਕਾਰਾਂ ਆਪ ਪ੍ਰਮੋਟ ਕਰਦੀਆਂ ਨੇ, ਨਸ਼ੇ ਵਰਤਣ ਨੂੰ ਦਿੰਦੀਆਂ, ਹੁਣ ਇਲੈਕਸ਼ਨਾਂ ਹੁੰਦੀਆਂ ਉੱਥੇ, ਚੋਣਾਂ ਹੁੰਦੀਆਂ, ਚੋਣਾਂ ਦੇ ਵਿੱਚ ਤੁਸੀਂ ਦੇਖੋ ਕਿੰਨਾ ਖੁੱਲ੍ਹ ਕੇ ਨਸ਼ਾ ਵਰਤਾਇਆ ਜਾਂਦਾ ਇੱਕ ਪਾਰਟੀ ਦੂਜੇ ਨਾਲੋਂ ਜ਼ਿਆਦਾ। ਹੁਣ ਜਿਹੜੀਆਂ ਸਰਪੰਚੀ ਦੀਆਂ ਵੀ ਇਲੈਕਸ਼ਨਾਂ ਹੋਣੀਆਂ ਨੇ ਜਾਂ ਹੋਈਆਂ, ਹੋਣ ਦੇ ਐਲਾਨ ਹੋਇਆ, ਉਹਦੇ ਵਿੱਚ ਵੀ ਤੁਸੀਂ ਦੇਖ ਲਓ ਵੀ ਐਲਾਨ ਹੋਣ ਤੋਂ ਪਹਿਲਾਂ ਵੀ ਉੱਥੇ ਗੋਲੀ ਚੱਲ ਚੁੱਕੀ ਹੈ ਕਈਆਂ ਪਿੰਡਾਂ ਦੇ ਵਿੱਚ। ਅਤੇ ਦੂਸਰਾ ਜਿਹੜਾ ਇਸ ਨੂੰ ਗੱਲ ਨੂੰ ਆਪਾਂ ਕਰ ਰਹੇ ਸੀਗੇ ਵੀ ਉੱਥੇ ਜਿਹੜੀਆਂ ਸਰਕਾਰਾਂ ਜਦੋਂ ਆਪਣੇ ਇਹਨਾਂ ਬਾਹਰਲੇ ਮੁਲਕਾਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਬਈ ਇਸ ਲੱਚਰ ਗਾਇਕੀ ਬਾਰੇ ਆਪਾਂ ਪ੍ਰੋਗਰਾਮ ਸ਼ੁਰੂ ਕੀਤੇ ਆ ਜੀ, ਉਦੋਂ ਬਾਅਦ 'ਚ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਤਾਂ ਬਿਆਨ ਆ ਗਿਆ, ਪਰ ਉੱਥੋਂ ਦੀ ਸਰਕਾਰ ਨੇ ਇਸ ਬਾਰੇ ਮੌਨਧਾਰੀ ਰੱਖਿਆ, ਕੋਈ ਉਹਨਾਂ ਨੇ ਦੋ ਸ਼ਬਦ ਨਹੀਂ ਕਹੇ। ਠੀਕ ਹੈ ਜੀ। ਅਤੇ ਬਾਠ ਸਾਹਿਬ, ਜੋ ਕੁਝ ਪਰਮਵੀਰ ਬਾਠ ਹੋਣਾਂ ਨੇ ਕਿਹਾ, ਇਸ ਨੌਜਵਾਨਾਂ ਦੀਆਂ ਗੱਲਾਂ ਸੁਣ ਕੇ ਤੁਹਾਨੂੰ ਕੀ ਲੱਗਦਾ ਕਿ ਪੰਜਾਬ ਦੇ ਵਿੱਚ ਅਜੇ, ਜਿਸ ਤਰ੍ਹਾਂ ਕਿਹਾ ਜਾਂਦਾ ਕਿ ਕਿਸੇ ਗੱਲ ਦਾ ਕਦੀ ਬੀਜ ਨਾਸ ਨਹੀਂ ਹੁੰਦਾ, ਭਾਵੇਂ ਕਿ ਉੱਥੇ ਕਾਫੀ ਕੁਝ ਬੁਰਾ ਹੋ ਰਿਹਾ, ਪਰ ਇਹਨਾਂ ਦੀਆਂ ਗੱਲਾਂ ਤੋਂ, ਇਹਨਾਂ ਦੇ ਕੰਮਾਂ ਤੋਂ ਲੱਗ ਰਿਹਾ ਕਿ ਕੁਝ ਚੰਗਾ ਵੀ ਹੋ ਰਿਹਾ? ਬਿਲਕੁਲ ਜੀ, ਸਾਡੇ ਤਾਂ ਸੁਣ ਕੇ ਬਹੁਤ ਹੌਸਲੇ ਬੁਲੰਦ ਹੋਏ ਆ ਕਿ ਜੋ ਉਹਨਾਂ ਨੇ ਉਪਰਾਲਾ ਕੀਤਾ ਬਹੁਤ ਸੋਹਣਾ ਆ, ਅਤੇ ਅਸੀਂ ਇਹਨਾਂ ਦੇ ਜਦੋਂ ਕਹੋ ਮਨੋ ਤਨੋਂ ਇਹਨਾਂ ਦਾ ਸਹਿਯੋਗ ਦਿਆਂਗੇ, ਹਰੇਕ ਪੱਖ ਤੋਂ ਅਸੀਂ ਇਹਨਾਂ ਦੇ ਨਾਲ ਖੜ੍ਹੇ ਹਾਂ, ਤਾਂ ਕਿ ਲੋਕਾਂ ਮਨੋਰੰਜਨ ਤਾਂ ਕਰਨਾ ਹੀ ਕਰਨਾ ਸਾਰਿਆਂ ਨੇ। ਠੀਕ ਹੈ। ਮਨੋਰੰਜਨ ਦੀ ਜਗ੍ਹਾ ਆਪਾਂ ਇਹ ਚੀਜ਼ ਹੁਣ 6 ਜੁਲਾਈ ਨੂੰ ਰੱਖੀ ਆ, ਅਤੇ ਆਪਾਂ ਸਾਰਿਆਂ ਨੂੰ ਅਪੀਲ ਕਰਦੇ ਵੀ ਤੁਹਾਨੂੰ ਵੱਧ ਤੋਂ ਵੱਧ ਪਰਿਵਾਰਾਂ ਸਮੇਤ ਆਓ। ਠੀਕ ਹੈ ਜੀ, ਪਹੁੰਚਣਾ ਚਾਹੀਦਾ ਜੀ, ਬਹੁਤ ਮਿਹਰਬਾਨੀ। ਅਸੀਂ ਇਸ ਤੋਂ ਪਹਿਲਾਂ ਕਿ ਅੱਗੇ ਚੱਲੀਏ ਅੱਜ ਦੇ ਇਸ ਵਿਸ਼ੇ 'ਤੇ, ਜਿਹਦੇ 'ਤੇ ਕਿ ਇਹ ਖਾਸ ਤੌਰ 'ਤੇ ਹਾਂਜੀ ਗੁਰੂ ਨਾਨਕ ਮਿਸ਼ਨ ਕੈਨੇਡਾ ਵੱਲੋਂ ਇੱਕ ਵਿਸ਼ੇਸ਼ ਕੰਪੇਨ ਚੱਲਣੀ ਆ, ਦੱਸਦੀਏ ਕਿ ਮੌਸਮ ਦੱਖਣੀ ਓਨਟਾਰੀਓ ਦੇ ਇਲਾਕਿਆਂ ਦੇ ਵਿੱਚ ਬੜਾ ਖੂਬਸੂਰਤ ਮੌਸਮ ਹੈ, ਐਂ ਜੀ ਇਸ ਤੋਂ ਜ਼ਿਆਦਾ ਹੋਰ ਵਧੀਆ ਮੌਸਮ ਕੀ ਹੋ ਸਕਦਾ? ਸ਼ਾਇਦ ਇਹਨਾਂ ਦਿਨਾਂ ਦੀ ਇਹੋ ਜਿਹੇ ਮੌਸਮ ਦੀ ਹੀ ਉਡੀਕ ਹੁੰਦੀ ਹੈ ਜਦੋਂ ਕਿ ਸਾਡੀ ਫਿਰ ਕੋਈ ਸ਼ਿਕਾਇਤ ਨਹੀਂ ਹੋਇਆ ਕਰਦੀ। ਸੋ ਬੜਾ ਹੀ ਧੁੱਪ ਵਾਲਾ ਸੁਹਾਵਣਾ ਮੌਸਮ ਹੈ, ਠੰਡਾ ਠੰਡਾ ਵੀ ਹੈ, ਹੈ ਜੀ ਹਵਾ ਵੀ ਠੰਡੀ ਠੰਡੀ ਰੁਮਕ ਰਹੀ ਹੈ, 19 ਡਿਗਰੀ ਸੈਂਟੀਗ੍ਰੇਡ ਦੇ ਆਸ ਪਾਸ ਤਾਪਮਾਨ ਹੈ, ਅਤੇ ਕਈ ਵਾਰ ਇਹ ਹੁੰਦਾ ਕਿ ਗਰਮੀਆਂ ਦੇ ਵਿੱਚ ਜਿੰਨਾ ਤਾਪਮਾਨ ਹੋਵੇ ਅਤੇ ਜਦੋਂ ਗਰਮ ਲੋ ਵਗਦੀ ਹੈ ਉਹਦੇ ਕਰਕੇ ਸਾਨੂੰ ਉਹ ਤਾਪਮਾਨ ਜਿਹੜਾ ਕਈ ਵਾਰ ਜ਼ਿਆਦਾ ਮਹਿਸੂਸ ਹੁੰਦਾ, ਅਤੇ ਠੰਡ ਦੇ ਵਿੱਚ ਉਹ ਤਾਪਮਾਨ ਸਾਨੂੰ ਕਈ ਵਾਰੀ ਹਾਂਜੀ ਸੀਤ ਲਹਿਰ ਕਰਕੇ ਜ਼ਿਆਦਾ ਠੰਡਾ ਮਹਿਸੂਸ ਹੋਇਆ ਕਰਦਾ। ਲੇਕਿਨ ਕਿ ਅੱਜ ਦਾ ਇੱਕ ਅਜਿਹਾ ਦਿਹਾੜਾ ਸੀ ਜਿੰਨਾ ਤਾਪਮਾਨ ਨਾਪਿਆ ਗਿਆ ਲਗਭਗ ਉਨਾ ਕੁ ਹੀ ਉਹ ਮਹਿਸੂਸ ਹੋ ਰਿਹਾ, ਪਰ ਇਸ ਦੇ ਨਾਲ ਅਸੀਂ ਜ਼ਰੂਰ ਆਪਣੇ ਦਰਸ਼ਕਾਂ ਨੂੰ ਕਹਿਣਾ ਚਾਹੁੰਦੇ ਹਾਂ ਕਿ ਗਰਮ ਰੁੱਤ ਦੇ ਦੌਰਾਨ ਕੈਨੇਡਾ ਦੇ ਵਿੱਚ, ਅਮਰੀਕਾ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਅਚਾਨਕ ਮੌਸਮ ਜੋ ਹੈ ਕਈ ਵਾਰੀ ਬਦਲ ਜਾਂਦਾ, ਸਾਨੂੰ ਪਤਾ ਨਹੀਂ ਲੱਗਦਾ, ਸਵੇਰੇ ਧੁੱਪ ਚੜ੍ਹੀ ਹੁੰਦੀ ਹੈ, ਘੰਟੇ ਬਾਅਦ ਮੀਂਹ ਪੈਣ ਲੱਗ ਜਾਂਦਾ, ਹਾਂਜੀ 10 ਮਿੰਟਾਂ ਬਾਅਦ ਫਿਰ ਧੁੱਪ ਲੱਗ ਜਾਂਦੀ ਹੈ, ਤੇਜ਼ ਹਵਾ ਵਗਣ ਲੱਗ ਜਾਂਦੀ ਹੈ, ਗਰਜ ਚਮਕ ਹੋਣ ਲੱਗ ਜਾਂਦੀ ਹੈ। ਸੋ ਇਸ ਤਰ੍ਹਾਂ ਜੋ ਮੌਸਮ ਦੇ ਵਿੱਚ ਅਚਾਨਕ ਕਈ ਵਾਰੀ
मारू किस्म की तब्दीली भी आ जाती है कि टोरनैडो ज चक्रवाती तूफान झुलन लग पेंदे ने। सो अपना बचा इस पक्षों भी तुसी रखना है। इस दे नाल ही जे तुसी गर्मी तो राहत पाउण दे लई बीच ते जांदे हो, झील दे विच जां हांजी दरिया दे किसी कंढे ते जांदे हो, जरूर सावधानी वरतना। पानी दे तेज़ बहाव दा ते पानी दी डूंघाई दा जरूर ख्याल रखना उदों जदों कि तुसी चंगे तैराक नहीं हो, क्योंकि पिछले हफ्ते बंदा हांजी कुत्ते नूं बचाउण दे लई हंबर रिवर जिहड़ा दरिया है इस दे विच कुद्दिया सीगा, कुत्ता तो अपने आप बाहर आ गया। पानी का इन्ना तेज़ बहाव सी कि वह बंदा फिर अपने आप को संभाल ना सकिया। उसकी लाश जो है ये कल हंबर रिवर के विचों कढ़ी जा सकी है 3 दिन बाद। सो इस पक्षों जरूर तुसी सावधानी वरतना। सूरज अज सवेरे 5 बजे तो 37 मिनटों तो बाद चढ़िया सीगा ते हुण थोड़ी देर बाद छिपण वाला सूरज 8:54 ते छिपेगा। भलके सवेरे सूरज 5 बजे तो 36 मिनटों बाद एक बार फिर निकलेगा। इस दे नाल ही जिस तरह परमवीर बाठ दस के गए हैं काफ़ी गर्म तापमान नापया जा रहा समुचे उत्तरी भारत के इलाकों के विच भी 45 तो लैके 48 डिग्री सेंटीग्रेड के आसपास तापमान रहिंदा है। हीट वेव के घेरे दे विच हैं जी काफ़ी सारे इलाके आए हुए ने। गर्मी करके भी काफ़ी मौतां हुंदियां ने। मंदभागी गल हुंदी है कि जदों ठंड हुंदी है उदों भी मौतां होण दीआं खबरां उत्थों आउंदियां ने, गर्मी हो जाती है फिर मौतां होण दीआं खबरां उत्थों आउंदियां ने। यह सारियां गल्लां बातां देख के कई वारी लगता कि आपां किन्ने वडभागे हाँ कि सानूं कुदरत महाराज सच्चे पातशाह ने इहो जिहे सोहणे सोहणे वातावरण दे विच अपनी जिंदगी बिताउण दा समां जो है बख्शिश किया होया। पानी बचाउण दे लई पंजाब दे विच किसानां नूं सरकार वल्लों अपील है कि 10 जून तो पहलां झोना नहीं लगाउणा, नहीं तो फिर सरकार दे वल्लों झोना वाहे जाण दी तैयारी है जिहड़े किसान इस हुक्म की उलंघना करनगे। चलो जी प्रोग्राम दे विच साडे कोल जसबीर सिंह जी धालीवाल गुरु नानक मिशन कनेडा दे प्रधान ते इस दे नाल ही इसे ही संस्था तो गुरमुख सिंह जी बाठ। इन्हां दा एक विशेष प्रोग्राम है कि जो भी लचर गायकी हैं जी गाउण वाले लोग होणगे जां इह वीडियो फिल्मां वगैरह फिल्माउण वाले लोग होणगे उहनां दे नाल पहली गल तो यह गलबात दे राहीं कोई ना कोई हल कढ़न की कोशिश करनगे, उहनां दे नाल कम्यूनीकेशन अपना बनाई रखणगे। इस दे नाल ही लचर गायकी दे खिलाफ़ लोगों को जागरूक करते रहणगे कि जो समाज ते इस दे मारू प्रभाव पैंदे है उस तो बचण की लोड़ है। इस दे नाल ही लेकिन कि इहो जी गायकी जो है गाउण वाले लोगों का यह विरोध भी करनगे। सो आने वाले दिनों धालीवाल साहब दसो कि गुरु नानक मिशन कनेडा ने की प्रोग्राम लिखा। ਵੀਰ ਜੀ ਜਿਸ ਤਰ੍ਹਾਂ ਪਿੱਛੇ ਤੀਆਂ ਦਾ ਮੇਲਾ ਹੋਇਆ ਸੀ, ਤੀਆਂ ਦੇ ਮੇਲੇ ਦੇ ਵਿੱਚ ਅਸੀਂ ਪ੍ਰਮੋਟਰ ਕੋਲ ਗਏ, ਉਹਨੂੰ ਪਰਸਨਲੀ ਬੇਨਤੀ ਕੀਤੀ ਅਤੇ ਪ੍ਰਮੋਟਰ ਨੇ ਸਾਨੂੰ ਪੂਰਾ ਸਹਿਯੋਗ ਦਿੱਤਾ। ਹਾਂਜੀ ਇਸੇ ਤਰ੍ਹਾਂ ਹੀ ਅਸੀਂ ਜਿਹੜੇ ਗਾਹਾਂ ਵੀ ਪ੍ਰੋਗਰਾਮ ਅਲੀਕਾਂਗੇ, ਜਿਹੜੇ ਪ੍ਰੋਗਰਾਮ ਚੱਲਣਗੇ ਇਸ ਤਰ੍ਹਾਂ ਲੱਚਰ ਗਾਇਕੀ ਦੇ, ਜਿਹੜੇ ਕਲਾਕਾਰ ਇੱਥੇ ਆਉਣਗੇ, ਜਿਹੜੇ ਗਿਣੇ ਗਏ ਆ ਕਲਾਕਾਰ ਲੱਚਰ ਗਾਇਕੀ ਬਾਰੇ, ਜਿੱਦਾਂ ਕਿ ਮਾੜੀ ਸ਼ਬਦਾਵਲੀ ਫਿਲਮਾਂ ਦੇ ਵਿੱਚ ਵਰਤੀ ਜਾਂਦੀ ਆ, ਕਿਉਂਕਿ ਉਹਦਾ ਕਾਰਨ ਇਹ ਆ ਬਈ ਜਿਹੜੀ ਚੀਜ਼ ਸਾਨੂੰ ਫਿਲਮ ਦੇ ਵਿੱਚ ਦੇਖ ਕੇ ਕਈ ਵਾਰੀ ਚੰਗੀ ਲੱਗਦੀ ਆ, ਹਾਸਾ ਆਉਂਦਾ, ਮਜ਼ਾਕ ਸਮਝਦੇ ਹਾਂ, ਪਰ ਉਹੀ ਜਦੋਂ ਸਾਡੇ 'ਤੇ ਵਰਤੀ ਜਾਂਦੀ ਜਾਂ ਸਾਡੇ ਬੱਚੇ ਕਿਤੇ ਸਾਡੇ ਸਾਹਮਣੇ ਵਰਤ ਲੈਂਦੇ ਉਸ ਸ਼ਬਦਾਵਲੀ ਨੂੰ, ਤਾਂ ਸਾਨੂੰ ਪਤਾ ਲੱਗਦਾ ਵੀ ਇਸ ਦਾ ਮਾੜਾ ਅਸਰ ਪੈ ਰਿਹਾ। ਅਤੇ ਇਸ ਕਰਕੇ ਜਿਹੜੇ ਵੀ ਪ੍ਰੋਗਰਾਮ ਹੋਣ ਅਸੀਂ ਗੁਰੂ ਨਾਨਕ ਮਿਸ਼ਨ ਵੱਲੋਂ ਲਿਖਾਂਗੇ, ਜਿਸ ਤਰ੍ਹਾਂ ਅੱਗੇ ਪ੍ਰਮੋਟਰ ਤੱਕ ਪਹੁੰਚ ਕੀਤੀ ਗਈ ਆ, ਤੀਆਂ ਦੇ ਮੇਲੇ ਦੇ ਵਿੱਚ ਉਹਨੂੰ ਰਿਕੁਐਸਟ ਕੀਤੀ ਗਈ ਆ, ਉਹਨਾਂ ਨੇ ਸਾਨੂੰ ਪੂਰਾ ਸਹਿਯੋਗ ਦੇਣ ਲਈ ਕਿਹਾ। ਉਹ ਕਹਿੰਦੇ ਵੀ ਅੱਗੇ ਵਾਸਤੇ ਤੋਂ ਜਿੱਦਾਂ ਵੀ ਹੋਊਗਾ ਪ੍ਰੋਗਰਾਮ ਅਸੀਂ ਤੁਹਾਡੇ ਨਾਲ ਹੂਬ ਹੂ ਕਦਮ ਨਾਲ ਕਦਮ ਮਿਲਾ ਕੇ ਚੱਲਣ ਦੀ ਕੋਸ਼ਿਸ਼ ਕਰਾਂਗੇ। ਇਸੇ ਤਰ੍ਹਾਂ ਹੀ ਅਸੀਂ ਇਹ ਜਿਹੜਾ ਸੰਗੀਤ ਆ ਅਸੀਂ ਰੋਕਣ ਦੀ ਕੋਸ਼ਿਸ਼ ਰੋਕ ਨਹੀਂ ਰਹੇ ਜੀ, ਅਸੀਂ ਇਸ ਨੂੰ ਅਸੀਂ ਸਿਰਫ ਇਸ ਮੁੱਦੇ 'ਤੇ ਚੱਲ ਰਹੇ ਹਾਂ ਵੀ ਉਹਨੂੰ ਕਿਸੇ ਤਰ੍ਹਾਂ ਸੁਧਾਰਿਆ ਜਾ ਸਕੇ। ਉਹੀ ਜਿਹੜਾ ਸੰਗੀਤ ਚੱਲ ਰਿਹਾ ਉਹ ਸਾਡੇ ਬੱਚਿਆਂ ਦੇ ਵੀ ਮੂੰਹਾਂ ਜਵਾਨ ਦੇ ਉੱਤੇ ਚੜ੍ਹਦਾ ਹੈ ਜੀ, ਮੂੰਹ ਦੇ ਉੱਤੇ ਆਉਂਦਾ ਹੈ ਜੀ, ਅਤੇ ਇਸ ਕਰਕੇ ਇਹ ਨਾ ਹੋਵੇ ਵੀ ਜਿਹੜਾ ਉਹ ਗੀਤ ਜਾਂ ਜਿਹੜੀ ਸ਼ਬਦਾਵਲੀ ਉਹ ਦੇਖਦੇ ਆ ਉਹਨੂੰ ਕਿਤੇ ਉਹ ਇਸ ਜ਼ਿੰਦਗੀ 'ਚ ਤਬਦੀਲ ਕਰ ਲੈਣ ਵੀ ਇਹ ਸਾਡੀ ਜ਼ਿੰਦਗੀ ਦਾ ਹਿੱਸਾ ਹੈ। ਇਸ ਲਈ ਅਸੀਂ ਜੋ ਵੀ ਲੱਚਰ ਗਾਇਕੀ ਹੋਊਗੀ ਅਸੀਂ ਉਹਦੇ ਖਿਲਾਫ਼ ਉੱਥੇ ਪਹੁੰਚ ਕੇ ਉਹਦੇ ਬਾਰੇ ਲੋਕਾਂ ਨੂੰ ਜਾਗਰੂਕ ਜ਼ਰੂਰ ਕਰਾਂਗੇ ਉੱਥੇ ਮੌਕੇ 'ਤੇ ਪਹੁੰਚ ਕੇ। ਅੱਛਾ ਇਹ ਪਤਾ ਲੱਗ ਰਿਹਾ ਕਿ ਅਗਲੇ ਦਿਨਾਂ ਦੇ ਵਿੱਚ ਇਹ ਹਨੀ ਸਿੰਘ ਜਿਹਦੀ ਬੜੀ ਚਰਚਾ ਕਿ ਅਦਾਲਤ ਨੇ ਹੁਕਮ ਦਿੱਤਾ, ਫਿਰ ਪੁਲਿਸ ਨੇ ਨਵਾਂਸ਼ਹਿਰ ਦੇ ਵਿੱਚ ਇਹ ਮਾੜੇ ਗੀਤ ਗਾਉਣ ਕਰਕੇ ਉਹਦੇ ਖਿਲਾਫ਼ ਪਰਚਾ ਵੀ ਦਰਜ ਕੀਤਾ, ਪਰ ਪਤਾ ਲੱਗ ਰਿਹਾ ਕਿ ਅੱਗੇ ਚੱਲ ਕੇ ਉਹ ਆ ਰਹੇ ਨੇ ਕਨੇਡਾ ਅਤੇ ਇੱਥੇ ਗੀਤ ਸੰਗੀਤ ਪੇਸ਼ ਕਰਨਗੇ ਵੱਡੀਆਂ ਸਟੇਜਾਂ ਤੋਂ। ਇਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ? ਇਹਦੇ ਬਾਰੇ ਵੀਰ ਜੀ ਪਹਿਲਾਂ ਤਾਂ ਸਾਡੇ ਪ੍ਰਮੋਟਰ ਹੀ ਬਹੁਤ ਸੁਹਿਰਦਾ ਜੀ ਟਰਾਂਟੋ ਦੇ, ਕਿਉਂਕਿ ਟਰਾਂਟੋ ਹੀ ਸਭ ਤੋਂ ਵੱਡਾ ਜਾਣੀ ਜਿਹੜਾ ਸਥਾਨ ਆ ਜਿੱਥੇ ਜਾ ਕੇ ਜ਼ਿਆਦਾ ਸ਼ੋਅ ਹੋ ਜਾਂਦੇ ਆ, ਦੋ ਦੋ ਤਿੰਨ ਤਿੰਨ ਵੀ ਸ਼ੋਅ ਹੋ ਜਾਂਦੇ ਆ ਕਲਾਕਾਰਾਂ ਦੇ। ਸਭ ਤੋਂ ਵੱਡੀ ਮੰਡੀ ਜਿਹੜੀ ਆ ਮੰਨੀ ਜਾਂਦੀ ਕਲਾਕਾਰਾਂ ਦੀ ਉਹ ਤਕਰੀਬਨ ਟਰਾਂਟੋ ਹੀ ਆ। ਪਹਿਲਾਂ ਤਾਂ ਸਾਡੇ ਟਰਾਂਟੋ ਦੇ ਪ੍ਰਮੋਟਰ ਜਿਹੜੇ ਬਹੁਤ ਸੁਹਿਰਦ ਹੋ ਚੁੱਕੇ ਆ ਜੀ,
जे दूसरे नंबर के उत्ते जे इस तरह की सानू प्रॉब्लम आती भी है कोई मुश्किल आती भी है भी जिदा सानू इस तरह लगता है भी लचर गायकी वाला कोई आया हनी सिंह ते जे हनी सिंह इत्थे पहुँचता वो खिलाफ तो असं खुल के खड़ांगे क्योंकि वो पंजाब हजे होर दूसरे कलाकारां ते तां असीं नहीं कह सकते पर हनी सिंह ते तां पंजाब ही नहीं पंजाब तो बाहर भी केस बन चुके हैं जी उत्थों दियां तां औरतां भी उसके खिलाफ खुल के आ चुकियां ने कई बार मुजहरे हो चुके आ उत्थे बहुत तरह के साड़ फूक भी हो चुकी है पुतलियां की इस करके जे हनी सिंह इत्थे आउंदा तां असीं पहलां तां प्रमोटरां नूं गुजारिश आ भी उह जिहा काम ना करन भी आपां नूं इत्थे कैनेडा वर्गे मुल्क दे विच आपां नूं दो फाड़ होकर दिखाउणा पवे क्योंकि इस इन्हां मुल्कां की तां उत्थे उदाहरणां दित्तियां जांदियां पर जे फिर भी प्रमोटर इस काम तों अंग्रेज नहीं करदा कोई तां उत्थे असीं जरूर पहुँच के उहदे बारे प्रमोटर नूं जागरूक करन दी कोशिश करांगे ते पब्लिक नूं अवेयर करांगे जागरूक करांगे बिल्कुल जी। सो इस किस्म दीआं सूचनावां प्राप्त हो रही कि शायद प्रोग्राम बनेगा हनी सिंह दा इत्थे टोरंटो दे विच आके गीत संगीत पेश करन दा अगे चल के जिवें जिवें प्रोग्राम कोई आउंदा है तो फिर उस तरीके नाल जिवें गुरु नानक कमिशन कनेडा वालों प्रोग्राम उलीके जांदे ने जां जिवें उन्हां दीआं स्टेजां दे प्रोग्राम बनदे ने असीं अपने दर्शकां नाल सांझे करन दी कोशिश करांगे। पर हनी सिंह दे कुछ एक जो इंटरनेट ते गीत संगीत आ ना जी गुरमुख सिंह जी बाट उन्होंने कहा जी कि वह गीत मैं तो गाए ही नहीं गए वह पता नहीं है जी किसी ने मेरे नाते उदा ही वैबसाइटा पाते आ। सो वह कहता जी कि यहोजा जो माड़ा वह मैं गाया ही नहीं है कोई तुहाडा अपना ये बारे कॉमेंट बिल्कुल जी ये बिल्कुल अगले दूजे पब्लिक को मूर्ख बनाने वाली गल है ना हम चेको कि जिदा हम वीडियो ना बनिया हो फिर तो आप मन सकता भी हो सकता भी आवाज किसी होर की डबिंग की कॉपी की जा हम जो वीडियो बनिया ने हम वीडियो टीवी चल रही ने हम वीडियो तो मुक्कर नहीं सकता कि फोटो भी वधिया आवाज भी वधिया इस करके एवं सिर्फ ना भी कह लो भी जो पंजाबी जो गोंगा मिट्टी झाड़ रहा उन्होंने पता सब कुछ भी मैं किया बाकी आप पहला तो आप सबू प्रमोटर अपील ही करनी हाथ जोड़ के भी वीरो देखो ये आप कम्यूनिटी कट्ठिया करना टोरंटो के ना कि पाड़ना है पर जे कोई फिर भी जितबाजी चाहिए कुछ करता तो फिर आप जो भी कानूनी अपना हैगा तौर तरीका अपने कनेडा के हिसाब न कानून हाथ च नहीं लैना पर कानून के दायरे च रह के जो भी विरोध करने का तरीका वो आप जरूर वरता। अच्छा कई लोग यह भी महसूस करते हैं जी कि कनेडा वर्गे मुल्क भी लच्चर गायकी की डेफिनेशन की है परिभाषा की आ भावें पता अंदर खाते कित है ही है भी की गल हो रही आ पर फिर भी उत्ते पर्दा पाने परिभाषा लभन आप तुर पे हाँ। सो वो लच्चर गायकी की कहें जी परिभाषा की है कनेडा वर्गे खुले डुले समाज के तय करना ही बड़ा औखा देखो जेकर यह मल्टीकल्चर है मुल्क है इस बहुत ज्यादा सभ्याचार रह रहे हैं पर हरेक का अपना अपना सभ्याचार है पंजाबियों का अपना एक वखरा सभ्याचार है इस करके आपने अपने सभ्याचार के हिसाब से उन्होंने देखना भी लचर है ज नहीं आप दूजे को कंपेयर नहीं कर सकते भी दूजे के हिसाब से भी देखो जी बिल्कुल दूजे को खोलिया तो सू अपने पंजाबी सभ्याचार के हिसाब से देखना है भी अपने सभ्याचार के हिसाब से यह गल आप जचती नहीं। सो इस वास्ते हुण जिहड़े आपां चलो हुण इहो जिहे गाणे हैगे आपां बोल नहीं सकदे टीवी ते क्योंकि शोभा ही नहीं दिंदे आपां नूं आपणे मूंह चों लफ्ज कढणे भी इह जिहड़े माड़े जे किसे रब ना करे किसे उहनां परिवारां दे नाल खोदे गल बीत जावे सिंगरां दे नाल ते मैनूं इह नहीं समझ लगदी उह इस चीज़ नूं किद्दां हैंडल करनगे। ठीक है जी ते लो जी इह ने साडे कोल गुरमुख सिंह जी बाठ गुरु नानक कमिशन कनेडा तों ते जसवीर सिंह जी धालीवाल भी प्रोग्राम दे विच हन जो कि प्रधान ने इस संस्था दे तुसीं इहनां नूं कुछ कहना चाहुंदे हो 647-7626-22 स्टूडियो का टैलीफोन नंबर है 647-7626-22 टैलीफोन नंबर से लच्चर गायकों का विरोध करते हैं तो कहते हैं कि आने वाले समय के करते रहेंगे जे थोड़ी अपने बारे अपनी इन दे कोई राय हो जी तो जरूर इन्होंने अपने विचार साझे कर सकते हो 647-7626-22 टैलीफोन नंबर स्क्रीन पर लिखा हुआ भी आ रहा है। धालीवाल साहब जो लच्चर गायकी की परिभाषा जे लभन तुरद आ उन्होंने थोड़ा की सुझाव बिर जी वो परिभाषा तो मैं आप दे तौर पर देनी चाहना मैं किसी नूं माड़ा नहीं कहना चाहता जे कोई संगीत या वीडियो मैं आपकी भैन नाल जां आपकी माता नाल बैठ के सुन सकदा या देख सकदा सेंसर बोर्ड की लोड़ नहीं साडे भैन या साडे माता ही साडे सेंसर बोर्ड आ जे तो मैं वह गाना उन्हां कोल बह के सुन सकदा देख सकदा फिर तो वह ठीक है जी पर जे तुहानूं लगता है भी तुसीं देख नहीं सकते सुन नहीं सकते तो फिर ये बारे फैसला कबूतर जिवें बिल्ली नूं देख के अक्खां मीच लैंदा भी नंघ ही जाना फिर तो वह गल आई फिर तो नंघ तो जाना ही है पर नंघना बहुत औखा है। सो परिभाषा सानूं लभण जाण दी लोड़ नहीं। सर सागर जी देखते हैं साडे नाल कौन ने लाइन ते हैलो लो जी अगे चलांगे सर सागर हैलो लो जी तुसीं लाइन ते हो बोल नहीं रहे हैलो सर सागर जी
647-7626-2620 टैलीफोन नंबर से तुम लाइन पर आए हो, आवाज़ थोड़ी आनी चाहिए सी। हैलो नहीं जी, सुरसागर हैलो। हैलो हाँ जी भाई जी। हेलो सत श्री अकाल जी। सत श्री अकाल, की कहना चाहते हो भाई साहब? मैं जॉन साहब, मैं इन्हां अपने भाई साहब दोनों की बड़ी शलाघा करदा वी, इन्होंने बड़ा वधिया मुद्दा उठाया, क्योंकि पहला किसी ने इस बारे ध्यान नहीं दिता, लोग आपस में ही गल्लां करके घरे बह जाते सीगे भी ये गलत गल आ, गलत गल है। पर मैं जिस दिन तिया का मेला होया मैं कनेडी रोड तो उपर तो लंघ रहा साउथ बाउंड, उ छोटे छोटे बच्चे ते होर बंदे हथां दे विच बैनर लैके खड़े सीगे। अच्छा जी, मैनू बड़ा चंगा लग्या भी लच्चर गायकी दे खिलाफ कोई ना कोई मुहिम शुरू हो चुकी है। ਭਾਈ ਸਾਹਿਬ ਕਈ ਲੋਕਾਂ ਨੂੰ ਜੀ ਸਹਿਯੋਗ ਦੇਣਾ ਚਾਹੀਦਾ, ਤੇ ਮੈਂ ਕਹਿੰਦਾ ਵੀ ਬਹੁਤ ਵਧੀਆ ਸਾਡੇ ਸਮਾਜ, ਕਈ ਲੋਕਾਂ ਨੂੰ ਲੱਚਰ ਗਾਇਕੀ ਦੀ ਪਰਿਭਾਸ਼ਾ ਨਹੀਂ ਸਮਝ ਆਉਂਦੀ, ਇਹਦੇ ਬਾਰੇ ਤੁਹਾਡਾ ਕੀ ਖਿਆਲ ਹੈ? ਜੋਲ ਸਾਹਿਬ, ਜਿਹੜੀ ਲੱਚਰ ਦਾ ਗਾਇਕੀ ਇਹੀ ਆ ਵੀ ਜਿਵੇਂ ਭਾਈ ਸਾਹਿਬ ਨੇ ਦੱਸਿਆ ਵੀ ਜੇ ਤੁਸੀਂ ਆਪਣੀ ਮਾਂ ਭੈਣ ਜਾਂ ਪਰਿਵਾਰ ਦੇ ਵਿੱਚ ਬੱਚਿਆਂ ਦੇ ਨਾਲ ਬੈਠ ਕੇ ਨਹੀਂ ਦੇ ਸਕਦੇ ਤਾਂ ਫਿਰ ਉਹ ਜੇ ਆਪਣੇ ਆਪਾਂ ਨੂੰ ਅਸੈਪਟੇਬਲ ਨਹੀਂ ਹੈਗਾ ਤਾਂ ਫਿਰ ਲੋਕਾਂ ਵਾਸਤੇ ਵੀ ਅਸੈਪਟੇਬਲ ਨਹੀਂ ਹੈ। ਠੀਕ ਹੈ ਜੀ, ਤੁਸੀਂ ਪ੍ਰੋਗਰਾਮ ਚ ਆਏ ਸੀ, ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਬਹੁਤ ਮਿਹਰਬਾਨੀ ਜੋਲ ਸਾਹਿਬ, ਥੈਂਕ ਯੂ, ਬਹੁਤ ਸ਼ੁਕਰੀਆ ਜੀ, ਕਿਉਂਕਿ ਤੁਹਾਡਾ ਪ੍ਰੋਗਰਾਮ ਦੇ ਵਿੱਚ ਆਉਣਾ ਵੱਡੀ ਗੱਲ ਹੈ, ਬਹੁਤ ਮਿਹਰਬਾਨੀ। ਦੇਖਦੇ ਹਾਂ ਹੁਣ ਸਾਡੇ ਨਾਲ ਕੌਣ ਨੇ, ਸੁਰਸਾਗਰ ਜੀ ਹੈਲੋ ਬੋਲੋ ਜੀ। ਚਲੋ ਮਿਹਰਬਾਨੀ, 647-7626-2620 ਟੈਲੀਫੋਨ ਨੰਬਰ 'ਤੇ ਜਦੋਂ ਤੁਸੀਂ ਆਉਂਦੇ ਹੋ, ਥੋੜ੍ਹੀ ਦੇਰ ਹੋ ਸਕਦਾ ਤੁਹਾਨੂੰ ਹੋਲਡ ਕਰਨਾ ਪਵੇ, ਅਤੇ ਜਦੋਂ ਤੁਹਾਡੀ ਫਿਰ ਲਾਈਨ ਏਅਰ 'ਤੇ ਜਾਂਦੀ ਹੈ ਤਾਂ ਅਸੀਂ ਬੇਨਤੀ ਕਰਦੇ ਹਾਂ ਕਿ ਤੁਸੀਂ ਬੋਲੋ ਜ਼ਰੂਰ। ਚਲੋ ਜੀ, ਜਿਸ ਤਰੀਕੇ ਦੇ ਨਾਲ ਤੁਸੀਂ ਕਹਿ ਰਹੇ ਕਿ ਉੱਥੇ ਡੈਮੋਸਟ੍ਰੇਸ਼ਨ ਕਰ ਰਹੇ ਸੀ, ਇਹਨਾਂ ਨੇ ਲੰਘਦਿਆਂ ਹੋਇਆਂ ਉੱਥੋਂ ਮੌਕੇ ਤੋਂ ਦੇਖਿਆ, ਸੋ ਤੁਹਾਡੀ ਸਰਗਰਮੀ ਜਿਹੜੀ ਆ ਉਸ ਦਾ ਨੋਟਿਸ ਜ਼ਰੂਰ ਲਿਆ ਗਿਆ ਲੋਕਾਂ ਵੱਲੋਂ ਜੀ। ਬਿਲਕੁਲ ਜੀ, ਮਿਹਰਬਾਨੀ ਵੀਰ ਜੀ ਉਹਨਾਂ ਦੀ, ਅਸੀਂ ਬਹੁਤ ਪੀਸਫੁਲੀ ਕੀਤਾ ਸੀ, ਪ੍ਰਮੋਟਰ ਨਾਲ ਗੱਲ ਵੀ ਕੀਤੀ ਸੀ, ਮੈਂ ਇੱਕ ਹਫ਼ਤਾ ਪਹਿਲਾਂ ਉਹਦੇ ਨਾਲ ਬਹਿ ਕੇ 20-25 ਮਿੰਟ ਗੱਲ ਕਰਕੇ ਆਇਆ, ਮੈਂ ਉਹਦੇ ਨਾਲ ਗੱਲ ਕੀਤੀ, ਮੈਂ ਕਿਹਾ ਵੀਰ ਭਾਈ ਦੇਖੋ ਮੇਰਾ ਦੋਸਤ ਹੈ ਬਹੁਤ ਪੁਰਾਣਾ, ਕੋਈ ਅਸੀਂ ਇਕੱਠੇ ਗੇਮ ਖੇਡਦੇ ਰਹੇ ਹਾਂ। ਅੱਛਾ ਜੀ, ਅਤੇ ਉਹਦੇ ਨਾਲ ਗੱਲ ਕੀਤੀ, ਉਹਨਾਂ ਨੇ ਮੇਰੀ ਸੁਣੀ 25 ਮਿੰਟ, ਕਹਿੰਦੇ ਵੀ ਸਾਨੂੰ ਪਤਾ ਗਲਤ ਹੋ ਰਿਹਾ ਆ ਪਰ ਲੋਕਾਂ ਦੀ ਡਿਮਾਂਡ ਆ। ਅੱਛਾ, ਮੈਂ ਕਿਹਾ ਦੇਖੋ ਜੇ ਕੋਈ ਹੁਣ ਬੰਦਾ ਕੋਈ ਕਮਲ ਕੁੱਟਦਾ ਤਾਂ ਆਪਣਾ ਫਰਜ਼ ਨੂੰ ਸਮਝਾਇਆ ਜਾਵੇ, ਨਾ ਕਿ ਵੀ ਆਪਾਂ ਉਹ ਕਮਲੇ ਨੇ ਗੱਲਾਂ ਕਰੀਏ। ਉਹ ਕਹਿੰਦੇ ਵੀ ਗੱਲ, ਕਹਿੰਦੇ ਉਹਨਾਂ ਨੇ 2 ਦਿਨ ਦਾ ਟਾਈਮ ਮੰਗਿਆ ਸੀ ਵੀ ਤੁਹਾਨੂੰ 2 ਦਿਨ ਬਾਅਦ ਅਸੀਂ ਸੋਚ ਕੇ ਦੱਸਾਂਗੇ, ਪਰ ਉਹਨਾਂ ਨੇ ਮੈਨੂੰ 2 ਦਿਨ ਮੈਂ ਫੋਨ ਡੀਕਿਆ ਸੀ, ਉਹਨਾਂ ਦਾ ਨਹੀਂ ਆਇਆ, ਅਤੇ ਫਿਰ ਅਸੀਂ ਅਖੀਰ ਦਿੱਤੇ ਸੀ 1 ਦਿਨ ਪਹਿਲਾਂ ਅਸੀਂ ਅਨਾਊਂਸਮੈਂਟ ਕੀਤੀ ਸੀ ਰੇਡੀਓ 'ਤੇ ਵੀ ਅਸੀਂ ਕੱਲ੍ਹ ਨੂੰ ਪੀਸਫੁਲੀ ਉੱਥੇ ਪ੍ਰੋਟੈਸਟ ਕਰਾਂਗੇ, ਪਰ ਕਾਫੀ ਸੱਜਣ ਇਕੱਠੇ ਹੋਏ, ਪਰ ਮੁੜ ਕੇ ਉਹ ਸੱਜਣ ਨੇ ਆ ਕੇ ਇਹ ਚੀਜ਼ ਨੂੰ ਸਾਡੇ ਨਾਲ ਅਪੋਲੋਜੀ ਕੀਤਾ ਵੀ ਠੀਕ ਆ ਵੀ ਹੁਣ ਐਤਕੀ ਹੋ ਜਾਣ ਦਿਓ, ਅਤੇ ਅਗਲੇ ਸਾਲ ਨੂੰ ਆਪਾਂ ਬਹਿ ਕੇ ਪ੍ਰੋਗਰਾਮ ਲੀਕਣ ਤੋਂ ਪਹਿਲਾਂ ਕਮਿਊਨਿਟੀ ਨਾਲ ਬਹਿ ਕੇ ਸਾਰੀ ਨਾਲ ਸਲਾਹ ਕਰਕੇ ਅਤੇ ਫਿਰ ਅੱਗੇ ਪ੍ਰੋਗਰਾਮ ਲੀਕਾਂਗੇ। ਸਾਨੂੰ ਇਸ ਚੀਜ਼ ਦੀ ਬੜੀ ਖੁਸ਼ੀ ਆ, ਅਸੀਂ ਉਹਦਾ ਬਹੁਤ ਧੰਨਵਾਦ ਕਰਦੇ ਹਾਂ ਵੀਰ ਦਾ, ਚਲੋ ਵੀ ਉਹਨੇ ਬਾਹਰ ਆ ਕੇ ਔਰ ਪਬਲਿਕ ਦੇ ਵਿੱਚ ਆ ਕੇ ਕਿਹਾ ਇਹ ਗੱਲ ਇਹ। ਅੱਛਾ, ਇਹ ਕਈ ਵਾਰੀ ਇਹ ਹੁੰਦਾ ਜੀ ਕਿ ਲੋਕਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਲੱਚਰ ਗਾਇਕੀ ਹੈ ਜਿਹੜੀ, ਜੇ ਉਹਨਾਂ ਨੂੰ ਸਮਝਾਇਆ ਵੀ ਜਾਵੇ ਵੀ ਇਹ ਕੀ ਆ, ਜਿਸ ਤਰ੍ਹਾਂ ਧਾਲੀਵਾਲ ਸਾਹਿਬ ਨੇ ਵੀ ਦੱਸਿਆ, ਕਾਲਰ ਵੀ ਆ ਕੇ ਦੱਸ ਕੇ ਗਏ ਨੇ, ਅਤੇ ਫਿਰ ਕਿਹਾ ਜਾਂਦਾ ਨਹੀਂ ਜੀ ਇਹੋ ਜਿਹੇ ਗਾਣੇ ਤਾਂ ਸਦੇ ਹੀ ਗਾਏ ਜਾਂਦੇ ਰਹੇ ਸਾਡੇ ਸੱਭਿਆਚਾਰ ਦੇ ਵਿੱਚ, ਇਹ ਕੋਈ ਹੁਣ ਨਵੀਂ ਗੱਲ ਨਹੀਂ ਹੈ। ਪਰ ਦੱਸਦੀ ਹੈ ਕਿ ਜਿੰਨੇ ਵੀ ਬੁਰੇ ਕੰਮ ਆ ਇਹ ਸਦਾ ਹੁੰਦੇ ਹੀ ਆ ਰਹੇ ਆ, ਹੈਂਜੀ, ਉਹਨਾਂ ਬੁਰੇ ਕੰਮਾਂ ਨੂੰ ਰੋਕਣ ਦੇ ਲਈ ਲੋਕਾਂ ਨੇ ਕਿੱਡੇ ਕਿੱਡੇ ਵੱਡੀਆਂ, ਹੈਂਜੀ, ਗ੍ਰੰਥ ਲਿਖੇ ਨੇ, ਸ਼ਹਾਦਤਾਂ ਦਿੱਤੀਆਂ ਨੇ, ਅਤੇ ਜੇ ਉਹ ਪਹਿਲਾਂ ਹੁੰਦੇ ਆ ਰਹੇ ਆ ਤਾਂ ਇਹਦਾ ਮਤਲਬ ਇਹ ਥੋੜ੍ਹਾ ਕਿ ਗਾਂ ਉਹ ਹੋ ਹੀ ਜਾਣ ਅਤੇ ਅਸੀਂ ਉਹਨੂੰ ਐਕਸੈਪਟ ਕਰ ਲਈਏ, ਸੋ ਬੁਰਾਈ ਦਾ ਵਿਰੋਧ ਤਾਂ ਕਰਨਾ ਹੀ ਪਏਗਾ ਨਾ। ਹਾਂਜੀ ਵੀਰ ਜੀ, ਜਿਸ ਤਰ੍ਹਾਂ ਵੀਰ ਜੀ ਤੁਸੀਂ ਗੱਲ ਕਰਦੇ ਆ ਵੀ ਲੱਚਰ ਗਾਇਕੀ ਸ਼ੁਰੂ ਤੋਂ ਚੱਲਦੀ ਆਈ ਆ, ਪਰ ਲੱਚਰ ਗਾਇਕੀ ਅਸੀਂ ਸਾਰੇ ਪੰਜਾਬ ਨਾਲ ਸੰਬੰਧਿਤ ਹਾਂ। ਇਹ ਲੱਚਰ ਗਾਇਕੀ ਪਹਿਲਾਂ ਜਿਹੜੇ ਮੇਰੇ ਤੋਂ ਥੋੜ੍ਹੀ ਵੱਡੀ ਉਮਰ ਦੇ ਮੇਰੇ ਵੀਰ ਜੀ ਹੋਣਗੇ ਉਹ ਵੀ ਜਾਣਦੇ ਹੋਣਗੇ ਕਿ ਜਿਹੜੀ ਇਹ ਲੱਚਰ ਗਾਇਕੀ ਸੀ ਇਹ ਸਾਡੀਆਂ ਮੋਟਰਾਂ ਤੱਕ ਹੀ ਸੀਮਤ ਸੀ, ਖੇਤਾਂ ਤੱਕ ਹੀ ਸੀਮਤ ਸੀ। ਜਿੱਦਾਂ ਜਿੱਦਾਂ ਥੋੜ੍ਹਾ ਜਿਹਾ ਜ਼ਮਾਨਾ ਬਦਲਦਾ ਗਿਆ, ਇਹ ਟਰੈਕਟਰਾਂ 'ਤੇ ਵੱਜਣ ਲੱਗੀਆਂ, ਥੋੜ੍ਹਾ ਜਿਹਾ ਪਿੰਡ ਵੱਲ ਨੂੰ ਮਾਹੌਲ ਹੋਇਆ, ਪਰ ਪਿੰਡ ਦੇ ਨੇੜੇ ਆ ਕੇ ਜਿਹੜਾ ਵੀ ਬੰਦਾ ਥੋੜ੍ਹਾ ਜਿਹਾ ਦਿਲ ਰੱਖਦਾ ਸੀ, ਸੁਹਿਰਦ ਸੀ ਬੰਦਾ, ਜਿਹਨੂੰ ਘਰ ਦਾ ਪਤਾ ਸੀ ਵੀ ਬਾਪੂ ਨੇ ਡਾਂਗ ਫੇਰਨੀ ਫੇਰਨੀ ਆ, ਅਤੇ ਉਹ ਆ ਕੇ ਨੇੜੇ ਪਿੰਡ ਦੇ ਬੰਦ ਕਰ ਦਿੰਦਾ ਸੀ, ਅਤੇ ਬਾਕੀ ਤਾਂ ਹੁਣ ਤੁਹਾਨੂੰ ਪਤਾ ਹੀ ਹੈ ਵੀ ਮਿਲਗੋਬਾ ਤਾਂ ਸਾਰੇ ਥਾਂ ਚੱਲਦਾ ਜੀ, ਵਿੱਚ ਕੁਛ ਨਾ ਕੁਛ ਤਾਂ ਧਾਲੀਵਾਲ ਸਾਹਿਬ। ਮੋਟਰਾਂ 'ਤੇ ਵੀ ਜਿਹੜੇ ਅੱਜ ਕੱਲ੍ਹ ਗੀਤ ਉੱਥੇ ਪੰਜਾਬ ਦੇ ਵਿੱਚ ਚੱਲਦੇ ਆ ਨਾ, ਇੱਕ ਬੜਾ ਨਵਾਂ ਹੀ ਸਰਵੇਖਣ ਆਇਆ ਪਰਸੋਂ ਹੀ, ਅਤੇ ਉਹ ਕਹਿੰਦੇ ਜੀ ਕਿ ਮੋਟਰਾਂ 'ਤੇ ਅਸੀਂ ਜਾ ਕੇ ਦੇਖਿਆ ਵੀ ਕਿਹੋ ਜਿਹੇ ਗੀਤ ਲੋਕ ਸੁਣਦੇ ਆ, ਉਹ ਕਹਿੰਦੇ ਕਿ ਅੱਜ ਕੱਲ੍ਹ ਦੇ ਜਿਹੜੇ ਭੈੜਾ ਗਾਉਣ ਵਾਲੇ ਆ ਉਹਨਾਂ ਨੂੰ 1-2% ਹਾਰਡਲੀ
बहुत वड्डी गिणती दे विच अज भी कुलदीप माणक नूं मोटरां ते सुणिया जा रहा है। कमाल दी गल, बिल्कुल भीर जी, उस हिसाब नाल मैं तुहानूं दस्सिया सीगा वी जिहड़ी लचर गायकी आ वी पहलां मोटरां ते सुणी जांदी सी, पर हुण जिस तरह सुहिरदता आ रही आ, हरेक बंदा जागरूक हो रहा भी, हरेक बंदा, क्योंकि ये चीज़ घटन की बजाय भीर जी पहलां तां सुणन तक सीमित सी, हुण देखण तक आ गई। ठीक है जी, हुण देखण तक आ गई तां हुण इस चीज़ नूं हरेक बंदा महसूस करदा भी ये वध रहा काम जी। जिदां भीर जी हुणी साडे कोल दी लंघ के गए, इन्हां ने उदण देखिया भी असीं उत्थे खड़े सीगे, बैनर साडे हत्थां दे विच सी, तां इन्हां ने उस चीज़ नूं देखिया, देख के इन्हां ने उस चीज़ नूं दिल दे विच रख्या ते अज इन्हां ने अपना गुबार साडे सामने प्रगट किया। इस तरह सानूं होर बहुत गल्लां आईयां, बहुत बंदयां ने सहयोग देण दी कोशिश कीती, सहयोग दित्ता, उह कहिंदे वी अगांह तों असीं तुहाडे नाल खड़ांगे, पर ये असी सारा जिहड़ा असी कर रहे हैं जी, असी शांतिपूर्वक कर रहे हैं। पहला प्रमोटर नूं करवाउण वाले नूं, शो करवाउण वाले नूं पहला नोटिस दिंदे हैं, जां उहदे ताईं असी अपनी पहुँच करदे हैं भी जिस तरह भी आ, भी उह किस तरह साडे नाल करना चाहुंदा आ, भी किद्दां साडी बेनती नूं एक्सैप्ट करदा मानदा आ जी। उदू बाद दे विच असी जिहड़ा जे तां साडा प्रमोटर सानूं पूरा सहयोग दिंदा जी फिर तां ठीक है, नहीं फिर उदू बाद वाला दूजा साडा जिहड़ा कदम आ उह साडा हैगा वा, जिहड़ा असी उत्थे जाके प्रोटेस्ट करदे आ जां सामणे जांदे आ बैनर लै के, उह साडा दूजा कदम आ जी। ठीक है जी, बहुत मेहरबानी। ते लो जी, असी जसबीर सिंह जी धालीवाल हुणां नाल गल्लबात जारी रख रहे हां, ते गुरमुख सिंह जी बाठ भी प्रोग्राम दे विच हन। ये उह शख्सियतां ने जिन्हां दी हां जी अगवाई दे विच ब्रह्मपुर दीआं वख-वख सड़कां ते साफ सफाई दा भी कम ये विढ़दे ने, बच्चों नाल लै के, वॉलंटियरस नूं नाल लै के, जिथे जिथे भी गंदगी कूड़ा करकट खिल रहा हुंदा हफ्तांत ते शनिचरवार नूं महीने दे विच एक वार उपराला करके वो कूड़ा इकट्ठा करन दी कोशिश करदे आ। सो ब्रैम्पटन दे विच इहनां दी संस्था दा काफ़ी सरगर्मियां ने, जिस करके कि काफ़ी अच्छा इहनां दा नाम भी है। सो लच्चर गायकी दा भी इह इस दे खिलाफ विरोधता दा झंडा लै के तुरे होए ने, ते कहिंदे ने कि जदों पंजाब दे विचों इहो जिहा गीत संगीत गाउण वाले इत्थे कनेडा दे विच टोरंटो इलाके विच आउणगे ते उहनां दा असीं कनेडा दे कानून दे अनुसार वध तों वध जिवें भी विरोध कर सकांगे कि वह अच्छा गाउण है जी, पंजाब नूं, पंजाबियां नूं, पंजाबीयत नूं कोई अच्छी सेध देण, ते जे उह सेध देण वाली गल करनगे ते उहनां दा साथ देंगे, उत्साह वधावांगे, ते जे उह पंजाब दी नौजवानी दा बेड़ा गर्क करन वाली कोई गल करनगे ते असीं उस दा विरोध करांगे। ते जिहड़े लोक वैसे इह कह दिंदे आ जी कि असीं उही गाउने आ, उही लिखदे आ, उही फिल्माउंदे आ जो लोग कहिंदे आ, है जी, ते लोग ते पुठे कम्मां वाले पासे नूं तुरदे ही हुंदे आ, उहनां दी मानसिकता तों तुहानूं की लगदा? बिल्कुल जी, ये एक तो परसेंट ही हो सकता जिन्नी अपना पंजाबी ने अपनी आबादी कह सकते अपना उस हिसाब मतलब एक या दो परसेंट वध तो वध होणगे भी जिहड़े ये चीज़ सुनना चाहते होणगे। तो बाकी गल है भी जे आपां अपने शुरू करनी पैनी हरेक गल भी आपां अपने लागू करनी आ, भी ये नहीं भी जे मैं अपने ट्रैक्टर से या कार से टेप लगा दूजे के बूहे कोई लंघता जायज़ आ, भी जे दूजा बंदा साढ़े बूहे कोई लंघता तो वो नजायज़ आ। ठीक है जी, सो इस वास्ते ये पहलकदमी अपने तो करनी चाहिए भी आपां ये चीज़ा पहला बंद करनिया ने, भी आपां कम से कम अपने को रिश्तेदारी से जां यार दोस्त बच्चे बच्ची का जां कितें होर कितें आपां जाने विआह शादी से आपां डीजे वाले नूं कहीए, घर वाले नूं कहीए भाई डीजे दे सोहणे गाने लगन, ते तां करके आपां इह चीज़ नूं आपां अपने शुरू करना आ। सो इस वास्ते कि हौली हौली इह चीज़ नूं मुहिम शुरू किया जाए, ये हुण जिहड़ा हुण गंद पै गया इन्ना ज़्यादा हुण मुकणा ते हौली हौली जिहड़ी छेती नहीं मुकणा, ये टाइम लगना, चलो तुरे चलांगे हौली हौली, आपां जिंदगी का मकसद लेके तुरे हैं, एक मिशन लेके तुरे हैं, जद पूरा नहीं तुरे चलांगे नाल नाल। ते लो जी, फिर दर्शकों का वो कसूर कढ़दे ने कि जो सानू दर्शक कहिंदे ने अहीं उही करदे आ। ते एक गल इहदे विच नुक्ते वाली जरूर है कि किसी भी दुकान ते कोई सौदा विकदा उन्नी देर है जिन्नी देर उहदे ते गाहक जांदा, जिन्ना चिर उहदा खरीददार हुंदा है जी। सो लचर गायकी दे भी जे उपभोगता मौजूद ने ते तां ही इह वध फुल रही है ना। सो ये गाउण वालियां दा, लिखण वालियां दा शायद ये दोष दर्शकों पर जोड़ा वो मड़ते हैं इन्ना गलत ना हो, क्योंकि ये इन्ने वधे फुले क्यों ने, क्योंकि दर्शकों का उन्होंने भरमा सहयोग जो है प्राप्त होया। कौन ने साडे नाल देखदे आ, सत श्री अकाल जी। सत श्री अकाल जी। जी भाई साहब, मेरा नाम है रणदीप सिंह, मैं वैसे कहना चाहना, मैं हुणी प्रोग्राम वैसे ऑन किया सी ते मैनूं टॉपिक का पता लग्या कि इन्हां वीरां दा बहुत बहुत धन्नवाद जो कि जिहड़े कि इन्हां अपने जो भी संस्था इन्होंने बनाई हुई है, जो भी उपराले कर रहे हैं कम्युनिटी वास्ते कर रहे हैं, पंजाबी कम्युनिटी वास्ते, क्योंकि जो अपना विरसा है, असली विरसा है, संभाल रहे हैं, राइट। तो इसलिए इन्हों का बहुत बहुत धन्यवाद, तो जो भी इन्हों का प्रोग्राम जो लिखना है वो जरूर सानू दसे, क्योंकि सानू गांह नूं फिर असीं भी आपके परिवार समेत ही आ सके। पर धन्यवाद वीरां दा, ते इन्हां नूं मैं यही कहना चाहुंदा कि तुसीं इह काम करी चलो, असीं तुहाडे नाल आ।
इन्हों का जो मिशन है ना लच्चर गायकी का विरोध कर रहे हैं, तो लेकिन कि जोड़े माड़े गीत गाने वाले आते असं गाँव ता फिल्मा असी अश्लील वीडियो ता, क्योंकि लोग इस चीज़ की मंग करते हैं, लोग इस देखना चाहते हैं। पर अपने आप कमाल की गल है कि उन्होंने अपनी लीडरशिप फिर कितने है, वो आप की चाहते हैं कि उन्होंने परिवार की देखने हैं जी। सो इस गलों अलगर्जी उन्होंने वल जरूर जापती है कि उन्होंने इस पास ध्यान देना चाहिए सगा। सो अज जो कुछ भी पंजाब हो रहा जिस किस्म दियां बुराइयां ये हथियारां वालियां नशियां वालियां हैं जी लुटां खूहां वालियां जुर्मां वालियां किसी जेल दे विच तुसी जाके तो देखो किदां नौजवान छोटी छोटी उम्र के जिहड़े तूड़े हुए आ ते उत्थे जाके पता लगता कि किवें ओह बार बार क्राइम करके फिर जेलां दे विच आ रहे आ। जिन्ने कैदी रखण दे लई जेलां बणियां होईयां ने उहतों तीन तीन गुणा जिहड़े कैदी है जेलां दे विच उत्थे तूड़े हुए है। सो इस तरीके दे नाल जो ये हैं जी नौजवानां दा जो भटकना ए उस दे विच इस किस्म के गीत संगीत का एक वड्डा रोल है अजिहा समझा जा रहा है। असी दस दिए कि ये जो शहीदां दी याद दे विच असी समागमां दी गल कर रहे सीगे प्रोग्राम दे शुरू दे विच कि ये खास तौर पर कनेडा दे विच भी हाँ जी पंजाब दे विच तां चलो धार्मिक सारे प्रोग्राम हो ही रहे वख-वख थावां ते, पर परमवीर बाठ दस के गए आ भोगपुर तों पेश हो के कि उत्थे नौजवान पीढ़ी नूं बहुता कुछ पता नहीं है कि 1984 की सीगा, इह साका नाल नीला तारा कदों वापरिया, की होया। अज दे नौजवानां नूं उत्थे कुछ नहीं पता, कुछ नहीं पता इस करके कि उन्होंने उत्थे दसण वाले जिहड़े साधन ने खामोश बैठे ने, नहीं उन्होंने दस रहे समझा रहे ये बारे। लेकिन कि कनेडा दे विच काफ़ी जागरूक ने सिख ते पंजाबी। ओंटारियो खालसा दरबार दे समेत वख-वख गुरद्वारा साहिबाना दे विच 1984 च वापरे ऑपरेशन साका जो नीला तारा, इस दे विच शहीद होए सिखां दी याद विच धार्मिक समागम जिहड़े होने जा रही है। असीं दसना चाहुंदे आ अपने दर्शकां नूं कि डिक्सी रोड ते स्थित गुरद्वारा साहिब दे विच धार्मिक प्रोग्रामां दी लड़ी रोज़ाना शाम को 7:30 बजे भाई गुलजार सिंह जी दे वल्लों कथा की जाती है, 8:15 बजे भाई त्रिलोचन सिंह जी ढाडी वारां दे नाल शहीदां नूं श्रद्धांजलि भेट करते हैं। सो इन्हां समागमां दी लड़ी दे विच जो है एक कल एतवार एक बड़ा महान वड्डा खूनदान कैंप भी आयोजित किया गया सीगा, उस दे विच दानियां ने खूनदान किया। सो 9 जून तक ये जिहड़े समागम इस तरीके दे नाल जारी रहने हैं। उस दिन फिर अखंड पाठ साहब का गुरद्वारा साहब के भोग पेगा, उस तो बाद एडवोकेट रजविंदर सिंह बैंस मनुखी अधिकारों के बारे संगतों के नाल अपने विचार सांझे करनगे। देखते हैं साढ़े नाल कौन ने। सुर सागर जी, हैलो। हैलो, हाँ जी, सत श्री अकाल अंकल जी। भैन जी की हाल है जी, सत श्री अकाल। हाँ जी बस वधिया। मैं सिर्फ यही कहना चाहती थी कि जो तुसी प्रोग्राम अज दे रहे हैं काफी दिलचस्प है, ते ए मुद्दा वैसे भी उठाना चाहिए सीगा, ते मैं बस यही कहना चाहती थी कि असीं भी तुहाडे नाल है, मतलब कि आम पब्लिक जिदा तुसी भी कहंदे सीगे, फिर कुछ इदां दा पब्लिक भी हैगा जो कि लच्चर गायकी दा साथ दिंदा, तां करके सिंगरां नूं मौका मिल जांदा कहण दा, नहीं जी असीं जे इदां दे गाने बनांदे वी आ फिर इह सुणे वी जांदे आ। ते मैं यह भी कहना चाहती कि जे ओ एह कह सकदे आ, मैं यह कह सकदी कि पब्लिक इदां दा भी हैगा जिहड़ा कि लच्चर गायकी नहीं मतलब कि सुनना चाहुंदा, सो यू डूइंग अ ग्रेट जॉब। ठीक है जी, बहुत बहुत मेहरबानी, तुसी नौजवान हो साथ देना इन्हां दा बहुत मेहरबानी, अच्छे काम लई साथ देना अच्छी गल है जी, लोड हुंदी इहो जिहे वॉलंटियर्स नूं ਤੁਹਾਡੇ ਵਰਗੇ ਨੌਜਵਾਨਾਂ ਦੀ। ਸੁਰ ਸਾਗਰ ਜੀ, ਹੈਲੋ ਜੀ ਭਾਈ ਸਾਹਿਬ, ਸਤਿ ਸ੍ਰੀ ਅਕਾਲ। ਯਾ ਸਤਿ ਸ੍ਰੀ ਅਕਾਲ ਬਾਈ ਜੀ, ਆ ਮੈਂ ਤੁਹਾਡਾ ਟੀਵੀ ਪ੍ਰੋਗਰਾਮ ਦੇਖ ਰਿਹਾ ਤੇ ਬਹੁਤ ਵਧੀਆ ਕਰ ਰਹੇ ਹੋ, ਜਿਹੜੀਆਂ ਗੱਲਾਂ ਖਾਲਿਸਤਾਨ ਦੀਆਂ ਦੂਜੀਆਂ ਉਹ ਗੱਲਾਂ ਬਿਲਕੁਲ ਚੰਗੀਆਂ ਨਹੀਂ ਲੱਗਦੀਆਂ। अच्छा जी, ठीक है जी, बहुत मेहरबानी, बहुत धन्यवाद तुहाडा। फिर भी ओदा कारण पता की है, एक चीज सानी तुसी इत्थी नवी इत्थी है बहुत चलता सानी ते है, जे पर एक बारी मिल ली है धन्यवाद तो आप मिले तो होने हैं पहला। ठीक है जी, बहुत मेहरबानी, जरूर अपन जी तुसी सानू किते फोन करना ऑफ देयर करना सी ਤੁਹਾਡੀ ਲਾਈਨ ਨੂੰ ਹੋਲਡ 'ਤੇ ਰੱਖਿਆ, ਬਹੁਤ ਮਿਹਰਬਾਨੀ। ਸੋ ਪ੍ਰੋਗਰਾਮ ਦੇ ਵਿੱਚ ਏਅਰ 'ਤੇ ਤੁਹਾਡੇ ਵਿਚਾਰ ਜਾ ਚੁੱਕੇ ਆ ਜੀ, ਜੋ ਤੁਹਾਡੇ ਆਪਣੇ ਨਿੱਜੀ ਨੇ, ਅਸੀਂ ਤੁਹਾਡਾ ਸਤਿਕਾਰ ਕਰਦੇ ਹਾਂ, ਬਹੁਤ ਮਿਹਰਬਾਨੀ। ਟੋਰਾਂਟੋ ਦੇ ਵਿੱਚ ਵਾਪਰਦੀਆਂ ਵੱਖ ਵੱਖ ਘਟਨਾਵਾਂ ਕਰਕੇ ਅਸੀਂ ਕਈ ਵਾਰੀ ਬੜੇ ਪਰੇਸ਼ਾਨ ਹੋ ਜਾਂਦੇ ਹਾਂ, ਪਰ ਜਰਾ ਆਓ ਨਿਊਯਾਰਕ ਸ਼ਹਿਰ ਦੀ ਗੱਲ ਕਰੀਏ। ਹਾਂ ਜੀ, ਟੋਰਾਂਟੋ ਦੇ ਵਿੱਚ ਇੱਕਾ ਦੁੱਕਾ ਜਦੋਂ ਵੀਕਐਂਡ 'ਤੇ ਕਤਲ ਦੀਆਂ ਘਟਨਾਵਾਂ ਵਾਪਰਦੀਆਂ ਨੇ ਤਾਂ ਆਪਾਂ ਬਹੁਤ ਪਰੇਸ਼ਾਨ ਹੋ ਜਾਂਦੇ ਹਾਂ, ਕਹਿਣ ਦਾ ਭਾਵ ਇਹ ਨਹੀਂ ਹੈ ਕਿ ਸਾਨੂੰ ਪਰੇਸ਼ਾਨ ਹੋਣ ਦੀ ਲੋੜ ਨਹੀਂ, ਪਰ ਆਓ ਜਰਾ ਥੋੜ੍ਹਾ ਜਿਹਾ ਦੇਖੀਏ ਕਿ ਨਿਊਯਾਰਕ ਵਰਗੇ ਸ਼ਹਿਰ ਦੇ ਵਿੱਚ ਕੀ ਹੋ ਰਿਹਾ। ਪਿਛਲੇ 48 ਘੰਟਿਆਂ ਦੇ ਦੌਰਾਨ 25 ਲੋਕਾਂ ਨੂੰ ਗੋਲੀਆਂ ਮਾਰੀਆਂ ਗਈਆਂ, ਜਿਨ੍ਹਾਂ ਦੇ ਵਿੱਚੋਂ
जिहड़े तीन लोग है इन्हां नूं गोलियां मार के एतवार नूं कतल किया गया। 14 कतल उत्थे है जी शनिचरवार ते शुक्रवार दीआं दोनां रातां दे विचकार होए है। इन्हां दे विच 11 साल की एक लड़की भी शामिल है जिहड़ी कि हुण अपंग हो चुकी है। शिकागो शहर की गल करनी होवे अमरीका दे विच ते पिछले है जी साल इस समय के दौरान एको दिन के 40 लोगों को गोलियां मारियां गई सीगियां एक वीकेंड के दौरान ही। सो इस किस्म दीआं घटनावां साडे उत्तरी अमरीका के वड्डिआं शहरां दे विच वापरदीआं हन कई बारी। सो सानूं थोड़ा जिहा अपनी सुरक्षा का इन्हां मुल्कां दे विच विचरदिआं भी ख्याल रखना चाहीदा। 25 लोगों को गोली मारनी 48 घंटिआं दे विच उह वी न्यूयॉर्क वर्गे शहर दे विच अपने आप दे विच बड़ी हैरानकुन गल है। जसबीर सिंह जी बाठ प्रोग्राम का बहुत समा बाकी रह नहीं गया, साडे कोल दर्शक भी हन, पर तुसीं अखीर ते अपने वल्लों अपनी संस्था वल्लों की अपील करना चाहुंदे हो? वीर जी असीं धन्नवादी हां उन्हां हिरदिआं दे जिन्हां ने सानूं सहयोग दित्ता, देण दा वादा कीता, नाल तुरन दा वादा कीता। असीं उन्हां दे हर कदम दी शलाघा करदे हां वी जो साडे नाल तुरनगे, ते जिहड़ी लचर गायकी दे खिलाफ तुहानूं मुहिम दे असीं गल कीती आ उह जे लचर गायकी होगी तो वो खिलाफ असी खड़े होवांगे। जिस तरह तुसी गल कीती सीगी बई इस चीज़ नूं किदां ठल पाई जा सकती है तो उस दे खिलाफ असी खड़ के ठल पाउण दी कोशिश करांगे जित तक हो। बड़ी मेहरबानी, सत श्री अकाल। सत श्री अकाल जी, बहुत बहुत मेहरबानी। इसे तरह सरदार बाठ जी तुहाडे कोल विचार। बिल्कुल वीर जी, आपां दे जो भी भाईचारे नाल अपील की ये उन्होंने नाल सहयोग दे उन्हों तो मंगया सहयोग। सो असी भी एक वादा करा दे आपदे वल्लों भी जो भी असी गल पिछे कही आ जां गां कहांगे जो कहांगे उत्ते पूरे उतरांगे आखिरी दम तक इस चीज़ ते पहरा देने का पूरा पूरा प्रण करते हैं। जिदे नाल ही सारे वीरां नूं वाहिगुरू जी का खालसा वाहिगुरू जी की फतेह जी। तो लो जी फिर जिहड़ा असीं कॉल करिए उसते खरे उतरीए, गल उन्नी मूँह चों कढ़ीए जिन्नी ते असीं खड़ सकते हैं, तो वाधू करन दी लोड़ नहीं हुंदी। अजिहा कह रहे ने सरदार बाठ जी ते सरदार धालीवाल जी, इहनां दा बहुत बहुत धन्नवाद प्रोग्राम दे विच आए। तुहाडा सब दा धन्नवाद कि तुसीं प्रोग्राम दे नाल जुड़े।